ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਪਲੇਟਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ। ਮਾਡਰਨ ਹਿਸਟਰੀ ਦੇ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਨੇ ਡਿਸਕਸ ਕਰਨਾ ਜੀ, ਅੰਗਰੇਜ਼ਾਂ ਦੇ ਵੇਲੇ ਭਾਰਤ ਦੇ ਵਿੱਚ ਪ੍ਰੈਸ ਦੀ ਕਿਹੋ ਜਿਹੀ ਸਥਿਤੀ ਹੁੰਦੀ ਸੀ। ਯਾਨੀ ਕਿ ਅੱਜ ਆਪਾਂ ਡਿਸਕਸ ਕਰਨਾ ਜੀ ਪ੍ਰੈਸ ਅੰਡਰ ਬ੍ਰਿਟਿਸ਼ ਰੂਲ, ਮੀਡੀਆ ਦਾ ਕੀ ਰੋਲ ਰਿਹਾ ਆਪਣੇ ਦੇਸ਼ ਦੀ ਆਜ਼ਾਦੀ ਨੂੰ ਲੈ ਕੇ, ਮੀਡੀਆ ਸ਼ੁਰੂ ਦੇ ਦੌਰ ਦੇ ਵਿੱਚ ਕਿਹੋ ਜਿਹਾ ਹੁੰਦਾ ਸੀ ਤੇ ਬਾਅਦ ਦੇ ਵਿੱਚ ਜਦੋਂ ਸਮਾਂ ਲੰਘਦਾ ਗਿਆ ਮੀਡੀਆ ਕਿੰਨਾ ਕੁ ਜ਼ਿਆਦਾ ਐਕਸਪੈਂਡ ਕੀਤਾ ਤੇ ਅੰਗਰੇਜ਼ਾਂ ਦੀ ਨੱਕ ਦੇ ਵਿੱਚ ਦਮ ਇਸ ਮੀਡੀਆ ਨੇ ਕਿਵੇਂ ਕੀਤਾ, ਇਹ ਸਾਰਾ ਕੁਝ ਅੱਜ ਆਪਾਂ ਨੇ ਇਸ ਲੈਕਚਰ ਦੇ ਵਿੱਚ ਪੜ੍ਹਨਾ ਹੈ। ਬੇਸਿਕਲੀ ਆਪਾਂ ਜਿਹੜਾ ਮੇਨ ਟੌਪਿਕ ਡਿਸਕਸ ਕੀਤਾ ਕਰ ਰਹੇ ਸੀਗੇ ਬ੍ਰਿਟਿਸ਼ ਰਿਫੋਰਮਸ ਇਨ ਇੰਡੀਆ, ਉਹਦੇ ਅੰਡਰ ਹੁਣ ਤੱਕ ਆਪਾਂ ਜਿਹੜੇ ਸਭ ਜਿਹੜੇ ਟੌਪਿਕ ਸੀਗੇ ਉਹ ਡਿਸਕਸ ਕੀਤੇ ਸੀ, ਜਿਵੇਂ ਕਿ ਬ੍ਰਿਟਿਸ਼ ਦੀਆਂ ਸਭ ਤੋਂ ਪਹਿਲਾਂ ਲੈਂਡ ਪਾਲਿਸੀਜ਼, ਉਹਨਾਂ ਦੀ ਅਨੈਕਸੇਸ਼ਨ ਪਾਲਿਸੀਜ਼ ਪੜ੍ਹੀ ਆਪਾਂ, ਸਿਵਲ ਸਰਵਿਸਿਸ ਪੜ੍ਹੇ ਬ੍ਰਿਟਿਸ਼ ਹਕੂਮਤ ਦੇ ਅੰਡਰ ਕਿਹੋ ਜਿਹੇ ਸੀਗੇ, ਫਿਰ ਉਹਨਾਂ ਦੀ ਪੁਲਿਸ ਕਿਹੋ ਜਿਹੀ ਸੀ, ਮਿਲਟਰੀ ਕਿਹੋ ਜਿਹੀ ਸੀ ਉਹਨਾਂ ਦੇ ਰੂਲ ਅੰਡਰ, ਤੇ ਜੁਡੀਸ਼ਰੀ ਕਿਹੋ ਜਿਹੀ ਸੀ, ਕੱਲ ਆਪਾਂ ਪੜ੍ਹਿਆ ਸੀਗਾ ਅੰਗਰੇਜ਼ਾਂ ਦੇ ਵੇਲੇ ਪੜ੍ਹਾਈ ਕਿਹੋ ਜਿਹੀ ਸੀ ਆਪਣੇ ਭਾਰਤ ਦੇ ਵਿੱਚ, ਤੇ ਅੱਜ ਆਪਾਂ ਡਿਸਕਸ ਕਰਨਾ ਜੀ ਅੰਗਰੇਜ਼ਾਂ ਦੇ ਵੇਲੇ ਪ੍ਰੈਸ ਕਿਹੋ ਜਿਹੀ ਸੀ। ਇਸ ਚੈਪਟਰ ਨੂੰ ਬੇਸਿਕਲੀ ਆਪਾਂ ਦੇਖੋ ਪ੍ਰੋਪਰ ਬ੍ਰਿਟਿਸ਼ ਰਿਫੋਰਮਸ ਵਾਲੇ ਕੈਟਾਗਰੀ ਦੇ ਵਿੱਚ ਨਹੀਂ ਪਾ ਸਕਦੇ ਕਿਉਂਕਿ ਇਹ ਟੋਟਲੀ ਇੱਕ ਡਿਫਰੈਂਟ ਐਂਗਲ ਹੈਗਾ, ਇਹਦੇ ਵਿੱਚ ਰਿਫੋਰਮ ਵਾਲੀ ਤਾਂ ਕੋਈ ਗੱਲ ਹੈ ਨਹੀਂ ਸੀ, ਆਪਾਂ ਨੂੰ ਮਿਲੀ ਨਹੀਂ ਹੈਗੀ, ਕਿਉਂਕਿ ਅੰਗਰੇਜ਼ਾਂ ਨੇ ਪ੍ਰੈਸ ਨੂੰ ਤਾਂ ਮੋਸਟਲੀ ਕਰਬ ਕਰਨ ਦੀ ਹੀ ਕੋਸ਼ਿਸ਼ ਕੀਤੀ ਸੀਗੀ, ਯਾਨੀ ਕਿ ਪ੍ਰੈਸ ਦੇ ਉੱਪਰ ਸੰਗਲ ਪਾਉਣ ਦੀ ਪੂਰੀ ਤੋਂ ਪੂਰੀ ਆਪਦੀ ਜਾਨ 'ਚ ਕੋਸ਼ਿਸ਼ ਕੀਤੀ ਸੀ। ਸੋ ਤਾਂ ਕਰਕੇ ਆਪਾਂ ਇਹਨੂੰ ਰਿਫੋਰਮ ਵਾਲੀ ਕੈਟਾਗਰੀ ਦੇ ਵਿੱਚ ਨਹੀਂ ਪਾਵਾਂਗੇ, ਉੱਦਾਂ ਇਹ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਅੱਜ ਵਾਲਾ ਪੇਪਰ ਪੁਆਇੰਟ ਆਫ ਵਿਊ ਦੇ ਨਾਲ, ਤੇ ਇਹਨੂੰ ਵੀ ਆਪਾਂ ਨਾਲ ਲੱਗਦੇ ਹੱਥੀ ਕੰਪਲੀਟ ਕਰਨਾ। ਸੋ ਅੱਜ ਆਪਾਂ ਡਿਸਕਸ ਕਰਨਾ ਜੀ ਪ੍ਰੈਸ ਅੰਡਰ ਬ੍ਰਿਟਿਸ਼ ਰੂਲ। ਲੈਕਚਰ ਦੀ PDF ਤੁਸੀਂ ਜੇ ਲੈਣੀ ਹੈ ਤਾਂ ਟੈਲੀਗ੍ਰਾਮ ਗਰੁੱਪ ਜੁਆਇਨ ਕਰੋ, ਦੋ ਗਰੁੱਪਸ ਨੇ, ਇੱਕ ਹੈਗਾ ਜੀ ਮੇਨ ਗਰੁੱਪ ਜਿਹਦੇ ਵਿੱਚ ਕੋਈ ਵੀ ਵੀਡੀਓ ਦਾ ਲਿੰਕ, ਕੋਈ ਵੀ PDF ਮੈਂ ਸ਼ੇਅਰ ਕਰਨੀ ਹੁੰਦੀ ਹੈ ਉਹ ਹੈ ਜੀ ਪਹਿਲਾ ਗਰੁੱਪ, ਤੇ ਇੱਕ ਡਿਸਕਸ਼ਨ ਗਰੁੱਪ ਹੈਗਾ, ਉੱਥੇ ਤੁਸੀਂ ਦੂਸਰੇ ਸਟੂਡੈਂਟ ਦੇ ਨਾਲ ਇੰਟਰੈਕਟ ਕਰ ਸਕਦੇ ਹੋ, ਆਪਦੇ ਡਾਊਟਸ ਵਗੈਰਾ ਕਲੀਅਰ ਕਰ ਸਕਦੇ ਹੋ, ਚੈਟ ਬਾਕਸ ਹੈਗਾ ਇੱਕ ਤਰ੍ਹਾਂ ਦੇ ਹੀ। ਸੋ ਇਹਨਾਂ ਦੋਵੇਂ ਗਰੁੱਪਸ ਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ, ਲਿੰਕ ਓਪਨ ਕਰਿਓ ਤੇ ਗਰੁੱਪ ਜੁਆਇਨ ਕਰੋ। ਮੇਰੇ ਰਾਹੀਂ ਤੁਹਾਡੀ ਕੋਈ ਵੀ ਕੁਐਰੀ ਹੈ ਤਾਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜਾਂ ਮੈਨੂੰ ਟੈਲੀਗ੍ਰਾਮ ਦੇ ਉੱਪਰ ਮੈਸੇਜ ਕਰ ਸਕਦੇ। ਅੱਛਾ, ਜੇ ਆਪਾਂ ਪ੍ਰੈਸ ਦੀ ਗੱਲ ਕਰੀ ਤਾਂ ਦੇਖੋ ਅੰਗਰੇਜ਼ ਕਈ ਅਜਿਹੀਆਂ ਗਲਤੀਆਂ ਇਹਨਾਂ ਨੇ ਵੀ ਕੀਤੀਆਂ ਸੀ ਜਿਨ੍ਹਾਂ ਦਾ ਖਾਮਿਆਨਾ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪਿਆ। ਪੜ੍ਹਾਈ ਜਿਹੜੀ ਇਹ ਲੈ ਕੇ ਆਈ, ਜਿਹੜੀ ਐਜੂਕੇਸ਼ਨ ਇਹਨਾਂ ਨੇ ਭਾਰਤੀਆਂ ਨੂੰ ਦਿੱਤੀ, ਉਹੀ ਐਜੂਕੇਸ਼ਨ ਅੱਗੇ ਜਾ ਕੇ ਇਹਨਾਂ ਦੀ ਜੜ੍ਹਾਂ ਦੇ ਵਿੱਚ ਪੈ ਗਈ। ਪੜ੍ਹੇ ਲਿਖੇ ਭਾਰਤੀ ਪਹਿਲਾਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ, ਕਾਂਗਰਸ ਤੋਂ ਉਹ ਨੈਸ਼ਨਲਿਜ਼ਮ ਜਿਹੜੀ ਫੀਲਿੰਗ ਸੀ ਉਹਨਾਂ 'ਚ ਉਹ ਆ ਗਈ, ਫਿਰ ਨੈਸ਼ਨਲਿਜ਼ਮ ਤੋਂ ਐਕਸਟ੍ਰੀਮਿਸਟ ਉੱਠਣ ਲੱਗ ਗਏ, ਠੀਕ ਹੈ, ਉਹ ਐਂਟੀ ਨੈਸ਼ਨਲ ਸੈਂਟੀਮੈਂਟਸ ਬਹੁਤ ਹੀ, ਮਤਲਬ ਤੁਸੀਂ ਐਂਟੀ ਨੈਸ਼ਨਲ ਨਹੀਂ ਐਂਟੀ ਇੰਪੀਰੀਅਲ ਸੈਂਟੀਮੈਂਟਸ ਬਹੁਤ ਹੀ ਜ਼ਿਆਦਾ ਵਧਣ ਲੱਗ ਗਏ, ਅੰਗਰੇਜ਼ਾਂ ਨੂੰ ਨੁਕਸਾਨ ਹੋਇਆ ਕਿ ਨਹੀਂ। ਉਵੇਂ ਹੀ ਪ੍ਰੈਸ ਦੀ ਜੇ ਆਪਾਂ ਗੱਲ ਕਰੀਏ, ਸ਼ੁਰੂ 'ਚ ਤਾਂ ਅੰਗਰੇਜ਼ਾਂ ਨੇ ਇਹਨੂੰ ਆਪਦੇ ਫਾਇਦੇ ਵਾਸਤੇ ਲਿਆਂਦਾ ਸੀ, ਬਟ ਬਾਅਦ ਵਿੱਚ ਅੰਗਰੇਜ਼ਾਂ ਨੂੰ ਵੀ ਨਹੀਂ ਪਤਾ ਲੱਗਾ ਵੀ ਕਿਹੜੇ ਟਾਈਮ ਇਹ ਪ੍ਰੈਸ ਸੀਗੀ ਜਿਹੜੀ ਸਾਡੇ ਦੁਆਰਾ ਲਿਆਂਦੀ ਗਈ ਸੀ, ਇਹ ਸਾਡੀਆਂ ਹੀ ਜੜ੍ਹਾਂ 'ਚ ਬਹਿ ਜੂਗੀ। ਉਹ ਸਾਰਾ ਕੁਝ ਤੁਹਾਨੂੰ ਅੱਜ ਕਲੀਅਰ ਹੋ ਜੂਗਾ ਇਹ ਲੈਕਚਰ ਸੁਣ ਕੇ। ਤਾਂ ਦੇਖੋ ਆਪਾਂ ਕੁਝ ਕੁ ਪਹਿਲਾਂ ਬੈਕਗਰਾਉਂਡ ਦੇ ਵਿੱਚ ਚੱਲਦੇ ਹਾਂ। ਪਹਿਲਾਂ ਤੁਹਾਨੂੰ ਮੈਂ ਪ੍ਰੈਸ ਦਾ ਥੋੜ੍ਹਾ ਜਿਹਾ ਇਤਿਹਾਸ ਸਮਝਾਉਣਾ ਭਾਰਤ ਦੇ ਵਿੱਚ। ਤਾਂ ਦੇਖੋ ਅੰਗਰੇਜ਼ ਆਈ ਈਸਟ ਇੰਡੀਆ ਕੰਪਨੀ ਬੇਸਿਕਲੀ ਭਾਰਤ ਦੇ ਵਿੱਚ ਕਮਰਸ਼ੀਅਲ ਪਰਪਸ ਵਾਸਤੇ, ਬਥੇਰੀਆਂ ਉਹਨਾਂ ਨੇ ਫੈਕਟਰੀਆਂ ਲਿਆਂਦੀਆਂ, ਠੀਕ ਹੈ, ਐਸਟੈਬਲਿਸ਼ ਕੀਤੀਆਂ ਵੱਖ ਵੱਖ ਪ੍ਰੈਜੀਡੈਂਸੀਆਂ ਦੇ ਵਿੱਚ, ਬੰਬੇ ਪ੍ਰੈਜੀਡੈਂਸੀ, ਮਦਰਾਸ ਪ੍ਰੈਜੀਡੈਂਸੀ, ਬੰਗਾਲ ਪ੍ਰੈਜੀਡੈਂਸੀ, ਕਲਕੱਤਾ ਪ੍ਰੈਜੀਡੈਂਸੀ, ਉਸ ਤੋਂ ਇਲਾਵਾ ਹੋਰ ਵੀ ਛੋਟੀਆਂ ਮੋਟੀਆਂ ਫੈਕਟਰੀਆਂ ਕਈ ਐਸਟੈਬਲਿਸ਼ ਕੀਤੀਆਂ। ਟ੍ਰੇਡ ਪਰਪਸ ਤੋਂ ਇਹ ਪੂਰੇ ਆਪਣੇ ਭਾਰਤ ਦੇ ਵਿੱਚ ਵੈਲ ਸੈਟਲ ਹੋ ਚੁੱਕੇ ਸੀ। ਹੋਰ ਵੀ ਕਈ ਫੋਰਨ ਪਾਵਰਾਂ ਆਈਆਂ ਭਾਰਤ ਦੇ ਵਿੱਚ, ਬਟ ਉਹਨਾਂ ਨੂੰ ਭਜਾਉਣ ਦੇ ਵਿੱਚ ਇਹ ਸਕਸ਼ਮ, ਇਹ ਕਾਬਿਲ ਹੋ ਗਏ ਸੀਗੇ, ਉਹਨਾਂ ਨੂੰ ਭਜਾਉਣ ਦੇ ਵਿੱਚ ਇਹ ਸਫਲ ਹੋ ਗਏ ਸੀਗੇ। ਬਾਅਦ ਵਿੱਚ ਇਹਨਾਂ ਦੀ ਮੋਨੋਪਲੀ ਭਾਰਤ ਦੇ ਵਿੱਚ ਆ ਗਈ, ਟ੍ਰੇਡ ਇਹਨਾਂ ਦਾ ਇੰਡੀਆ ਦੇ ਵਿੱਚ ਪੂਰਾ ਵੈਲ ਸੈਟਲ ਹੋ ਗਿਆ, ਇੰਡੀਆ ਦਾ ਬਹੁਤ ਹੀ ਵੱਡਾ ਪੋਰਸ਼ਨ ਹੁਣ ਤੱਕ ਇਹ ਅਨੈਕਸ ਵੀ ਕਰ ਚੁੱਕੇ ਨੇ, ਆਪਾਂ ਪੜ੍ਹ ਚੁੱਕੇ ਹਾਂਗੇ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੈਸ ਦਾ ਕੀ ਸਟੇਟਸ ਸੀਗਾ। ਤਾਂ ਦੇਖੋ 1780 ਦੀ ਗੱਲ, ਅੰਗਰੇਜ਼ ਸੀਗੇ ਉਹਨਾਂ ਦਾ ਨਾਮ ਸੀਗਾ ਜੇਮਸ ਔਗਸਤਸ ਹਿੱਕੀ। ਹਿੱਕੀ ਸਾਹਿਬ ਨੇ 1780 'ਚ ਪਹਿਲਾ ਇੰਡੀਅਨ ਨਿਊਜ਼ ਪੇਪਰ ਇਹਨਾਂ ਨੇ ਲਾਂਚ ਕੀਤਾ, ਉਹਦਾ ਨਾਮ ਸੀਗਾ ਦਾ ਬੰਗਾਲ ਗੈਜ਼ਟ। ਪੇਪਰ 'ਚ ਪੁੱਛਿਆ ਜਾਂਦਾ ਸਿੱਧਾ ਸਵਾਲ ਇਹ, ਮੇ ਬੀ ਆਹ 2 ਸਾਲ ਪਹਿਲਾਂ ਜਿਹੜਾ ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੋਇਆ ਸੀਗਾ, ਸਿੱਧਾ ਸਵਾਲ ਸੀਗਾ ਪਹਿਲਾ ਨਿਊਜ਼ ਪੇਪਰ ਭਾਰਤ ਦਾ ਕਿਹੜਾ ਸੀਗਾ, ਬੰਗਾਲ ਗੈਜ਼ਟ ਸੀਗਾ। ਸੋ ਇਹੋ ਜਿਹੇ ਫੈਕਚੁਅਲ ਕੁਸਚਨ ਛੋਟੇ ਮੋਟੇ ਪੇਪਰਾਂ 'ਚ ਪੁੱਛੇ ਜਾਂਦੇ ਹੁੰਦੇ ਨੇਗੇ, ਤੇ ਕਨਸੈਪਟ ਬੇਸ ਕੁਸਚਨ ਵਧੀਆ ਪੇਪਰ 'ਚ ਕਿਵੇਂ ਬਣਦਾ ਉਹ ਵੀ ਮੈਂ ਤੁਹਾਨੂੰ ਦੱਸੂਗਾ, ਤੇ ਤੁਹਾਡੇ ਤੋਂ ਪੁੱਛੂਗਾ ਵੀ ਜਦੋਂ ਮੈਂ ਇਹਨਾਂ ਸਾਰੇ ਟੈਸਟ ਜਿਹੜੇ ਟੌਪਿਕਸ ਦਾ ਟੈਸਟ ਲੂੰਗਾ ਤੁਹਾਡੇ ਤੋਂ। ਸੋ ਹਿੱਕੀ ਸਾਹਿਬ ਨੇ 1780 'ਚ ਪਹਿਲਾ ਨਿਊਜ਼ ਪੇਪਰ ਭਾਰਤ ਦੇ ਵਿੱਚ ਸ਼ੁਰੂ ਕੀਤਾ, ਉਹਦਾ ਨਾਮ ਸੀਗਾ ਦਾ ਬੰਗਾਲ ਗੈਜ਼ਟ। ਇਹਦਾ ਦੂਸਰਾ ਨਾਮ ਵੀ ਸੀਗਾ, ਉਹਨੂੰ ਕਿਹਾ ਜਾਂਦਾ ਸੀਗਾ ਕੈਲਕਟਾ ਜਨਰਲ ਐਡਵਰਟਾਈਜ਼ਰ। ਨਾਮ ਤੋਂ ਹੀ ਪਤਾ ਲੱਗ ਗਿਆ ਜਨਰਲ ਐਡਵਰਟਾਈਜ਼ਰ, ਨਾਮ ਤੋਂ ਹੀ ਪਤਾ ਚੱਲ ਰਿਹਾ ਹੈਗਾ ਵੀ ਬ੍ਰਿਟਿਸ਼ਰ ਸੀਗੇ, ਸਿਆਣੇ ਸੀਗੇ, ਬਹੁਤ ਪੜ੍ਹੇ ਲਿਖੇ ਸੀਗੇ, ਇਹ ਚਾਹੁੰਦੇ ਸੀਗੇ ਵੀ ਸਾਡੀ ਜਿਹੜੀ ਕਮਰਸ਼ੀਅਲ, ਤੁਸੀਂ ਕਹਿ ਲਓ ਆਪਦਾ ਕਮਰਸ਼ੀਅਲ ਬੈਨੀਫਿਟ ਵਾਸਤੇ ਅਸੀਂ ਇਹ
ਸਾਡਾ ਟ੍ਰੇਡ ਹੈਗਾ ਹੋਰ ਵੀ ਵੱਖ ਵੱਖ ਦੇਸ਼ਾਂ 'ਚ ਵੱਧ ਸਕੇ ਉਹ ਕਿਵੇਂ ਵਧੂਗਾ ਪ੍ਰੈਸ ਦੇ ਥਰੂ ਅਖਬਾਰਾਂ 'ਚ ਸਾਡੀ ਗੱਲ ਛਪੂਗੀ ਸਾਡੇ ਕੋਲ ਆਹ ਚੀਜ਼ਾਂ ਨੇ ਵਧੀਆ ਚੀਜ਼ਾਂ ਨੇ ਅਸੀਂ ਇਹ ਐਕਸਪੋਰਟ ਕਰੀਏ ਸੋ ਐਕਸਪੋਰਟ ਕਰੀਏ ਸੋ ਆਪਦੇ ਕਮਰਸ਼ੀਅਲ ਮੋਟਿਵ ਵਾਸਤੇ ਅੰਗਰੇਜ਼ਾਂ ਨੇ ਇਹ ਸ਼ੁਰੂ ਕੀਤਾ ਸੀ ਸਿਸਟਮ ਬਟ ਬਾਅਦ 'ਚ ਕੀ ਪਤਾ ਸੀਗਾ ਇਹ ਅਖਬਾਰ ਇਹਨਾਂ ਦੀ ਜੜ੍ਹਾਂ 'ਚ ਪੈ ਜਾਣਗੇ ਸੋ ਬੰਗਾਲ ਗੈਜ਼ਟ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ 1780 'ਚ ਬਟ 1872 'ਚ ਇਸ ਅਖਬਾਰ ਨੂੰ ਸੀਜ਼ ਕਰਨਾ ਪੈ ਗਿਆ ਕਿਉਂ ਕਿਉਂਕਿ ਇਹਦੇ ਵਿੱਚ ਸਰਕਾਰ ਦੇ ਪ੍ਰਤੀ ਕ੍ਰਿਟੀਸਿਜ਼ਮ ਕਰਤਾ ਸੀਗਾ ਕਿਸੇ ਨੇ ਸੋ ਪਹਿਲਾਂ ਹੋ ਗਿਆ ਨੁਕਸਾਨ ਅੰਗਰੇਜ਼ਾਂ ਨੂੰ ਉਸ ਤੋਂ ਬਾਅਦ ਇਨ ਦਾ ਮੇਨ ਟਾਈਮ ਹੋਰ ਬਥੇਰੇ ਨਿਊਜ਼ ਪੇਪਰ ਜਨਰਲ ਆਉਣ ਲੱਗ ਗਏ ਠੀਕ ਹੈ ਛਪਣ ਲੱਗ ਗਏ ਜਿਵੇਂ ਕਿ ਦਾ ਬੰਗਾਲ ਜਨਰਲ ਦਾ ਕੈਲਕਟਾ ਕਰੋਨੀਕਲ ਇਹ ਮਸ਼ਹੂਰ ਅਖਬਾਰ ਨੇਗੇ ਬਹੁਤ ਦਾ ਮਦਰਾਸ ਕੋਰੀਅਰ ਦਾ ਬੰਬੇ ਹਰਾਲਡ ਬਹੁਤ ਸਾਰੇ ਅਖਬਾਰ ਛਾਪਣ ਲੱਗ ਗਏ ਸੋ ਹੁਣ ਕੰਪਨੀ ਸੀਗੀ ਜਿਹੜੀ ਈਸਟ ਇੰਡੀਆ ਕੰਪਨੀ ਉਹਨਾਂ ਦੀ ਚਿੰਤਾ ਵਧਣ ਲੱਗ ਗਈ ਉਹ ਕਹਿੰਦੇ ਵੀ ਭਾਈ ਅਖਬਾਰ ਵਧਣ ਲੱਗ ਗਏ ਸਾਡੀ ਕਮਰਸ਼ੀਅਲ ਮੋਟਿਵ ਸੀਗਾ ਉਹ ਤਾਂ ਹੁਣ ਇੱਕ ਪਾਸੇ ਹੀ ਰਹਿ ਗਿਆ ਇਹ ਤਾਂ ਹੁਣ ਸਾਨੂੰ ਡਰਾਉਣ ਲੱਗ ਗਏ ਕਿਵੇਂ ਅਖਬਾਰ ਕਿਵੇਂ ਡਰਾਉਂਦੇ ਸੀ ਇਹਨਾਂ ਨੂੰ ਹੁਣ ਕੰਪਨੀ ਦੇ ਵਿੱਚ ਕਰਪਸ਼ਨ ਬਹੁਤ ਸੀਗੀ ਕੰਪਨੀ ਦੇ ਕਈ ਅਫੀਸ਼ੀਅਲ ਕਰਪਟ ਬਹੁਤ ਸੀਗੇ ਬਹੁਤ ਜ਼ਿਆਦਾ ਧਾਂਦਲੇਬਾਜ਼ੀ ਹੁੰਦੀ ਸੀ ਇੱਕ ਦੂਜੇ ਦੇ ਅਫਸਰਾਂ ਦੇ ਰਾਜ਼ ਇਹਨਾਂ ਅਖਬਾਰਾਂ ਕੋਲ ਪਹੁੰਚ ਜਾਂਦੇ ਸੀ ਇਹ ਡਰਦੀ ਸੀਗੀ ਕੰਪਨੀ ਇਹ ਕਹਿੰਦੇ ਸੀਗੇ ਸੋਚਦੇ ਸੀਗੇ ਵੀ ਇਹ ਜਿਹੜੇ ਅਖਬਾਰ ਹੁਣ ਤੱਕ ਇੰਨੇ ਹੋ ਗਏ ਪਹਿਲਾਂ ਤਾਂ ਇੱਕੇ ਅਖਬਾਰ ਸੀਗਾ ਹੁਣ ਤੱਕ ਤਾਂ ਕਈ ਅਖਬਾਰ ਆ ਗਏ ਨੇਗੇ ਮਾਰਕੀਟ ਦੇ ਵਿੱਚ ਇਹ ਕੀ ਕਰ ਸਕਦੇ ਨੇ ਸਾਡੀ ਜਿਹੜੀਆਂ ਇਹ ਗਲਤ ਐਕਟੀਵਿਟੀਜ਼ ਨੇ ਇਹਨਾਂ ਨੂੰ ਲੰਡਨ ਦੇ ਵਿੱਚ ਇਹ ਐਕਸਪੋਜ਼ ਕਰ ਸਕਦੇ ਨੇ ਸੋ ਹੁਣ ਇਸ ਪ੍ਰੈਸ ਦੇ ਉੱਪਰ ਆਪਾਂ ਨੂੰ ਨੱਥ ਪਾਉਣੀ ਪਊਗੀ ਇਹਨੂੰ ਆਪਾਂ ਨੂੰ ਬੇੜੀਆਂ ਦੇ ਵਿੱਚ ਬੰਨਣਾ ਪਊਗਾ ਤਾਂ ਹੀ ਆਪਣੇ ਕੰਮ ਹਿਸਾਬ 'ਚ ਆਊਗਾ ਸੋ ਈਸਟ ਇੰਡੀਆ ਕੰਪਨੀ ਨੇ ਹੁਣ ਪ੍ਰੈਸ ਨੂੰ ਬੇੜੀਆਂ 'ਚ ਜਕੜਨਾ ਸ਼ੁਰੂ ਕਰਤਾ ਇਸ ਚੀਜ਼ ਨੂੰ ਆਪਾਂ ਸਮਝਾਂਗੇ ਕਿਹੜੇ ਕਿਹੜੇ ਐਕਟ ਲਿਆਂਦੇ ਗਏ ਅੰਗਰੇਜ਼ਾਂ ਦੁਆਰਾ ਜਿਹੜੀ ਪ੍ਰੈਸ ਸੀਗੀ ਉਹਨੂੰ ਕਰਵ ਕਰਨ ਦੇ ਲਈ ਤੇ ਆਹ ਹਿੱਕੀ ਸਾਹਿਬ ਨੇ ਤੇ ਆਹ ਇਹਨਾਂ ਦਾ ਪੇਪਰ ਹੈ ਜੀ ਬੰਗਾਲ ਗੈਜ਼ਟ ਹੁਣ ਆਪਾਂ ਸਭ ਤੋਂ ਪਹਿਲਾਂ ਇਹਨਾਂ ਐਕਟਸ ਬਾਰੇ ਪੜ੍ਹਨ ਤੋਂ ਪਹਿਲਾਂ ਆਪਾਂ ਇਹ ਪੜ੍ਹੀਏ ਵੀ ਕਿਹੜੇ ਆਪਣੇ ਭਾਰਤੀ ਸੀਗੇ ਨੈਸ਼ਨਲਿਸਟ ਸੀਗੇ ਜਿਹੜੇ ਆਪਣੇ ਉਹਨਾਂ ਨੇ ਜਿਹੜੀ ਫਰੀਡਮ ਆਫ ਪ੍ਰੈਸ ਸੀਗੀ ਪ੍ਰੈਸ ਦੀ ਆਜ਼ਾਦੀ ਨੂੰ ਸਿਕਿਓਰ ਕਰਨ ਦੇ ਲਈ ਉਹਨਾਂ ਦਾ ਕੀ ਸਟਰਗਲ ਰਿਹਾ ਉਹਦੇ ਬਾਰੇ ਆਪਾਂ ਪਹਿਲਾਂ ਉਹਨਾਂ ਦੇ ਯੋਗਦਾਨ ਬਾਰੇ ਪਹਿਲਾਂ ਚਾਰ ਕੁ ਗੱਲਾਂ ਪੜ੍ਹੀਏ ਰਾਜਾ ਰਾਮ ਮੋਹਨ ਰਾਏ ਬਾਰੇ ਤੁਹਾਨੂੰ ਸਾਰਿਆਂ ਨੇ ਸੁਣਿਆ ਹੋਊਗਾ ਇਹਨਾਂ ਨੂੰ ਰਾਜਾ ਦਾ ਟਾਈਟਲ ਕਿਹੜੇ ਰਾਜੇ ਨੇ ਦਿੱਤਾ ਸੀਗਾ ਕਮੈਂਟ ਬਾਕਸ ਦੇ ਵਿੱਚ ਦੱਸੋ ਸੋ ਬਹੁਤ ਹੀ ਮਸ਼ਹੂਰ ਤੇ ਵਧੀਆ ਸੋਸ਼ਲ ਰਿਫੋਰਮਰ ਸੀਗੇ ਵੈਸਟਰਨ ਐਜੂਕੇਸ਼ਨ ਨੂੰ ਇਹਨਾਂ ਨੇ ਪ੍ਰਮੋਟ ਕੀਤਾ ਹੋਰ ਵੀ ਬਥੇਰੇ ਸੋਸ਼ਲ ਰਿਫੋਰਮਸ ਕਰਨ ਦੇ ਵਿੱਚ ਰਾਜਾ ਰਾਮ ਮੋਹਨ ਰਾਏ ਜੀ ਨੂੰ ਜਾਣਿਆ ਜਾਂਦਾ 1824 ਦੇ ਵਿੱਚ ਇਹਨਾਂ ਨੇ ਬੇਸਿਕਲੀ ਰੈਜੋਲੂਸ਼ਨ ਦੇ ਅਗੇਂਸਟ ਪ੍ਰੋਟੈਸਟ ਕੀਤਾ ਸੀਗਾ ਫਰੀਡਮ ਆਫ ਜੋ ਕਿ ਫਰੀਡਮ ਆਫ ਪ੍ਰੈਸ ਨੂੰ ਰਿਸਟ੍ਰਿਕਟ ਕਰਦਾ ਸੀਗਾ ਆਊਗਾ ਉਹ ਰੈਜੋਲੂਸ਼ਨ ਅੱਗੇ 1823 ਵਾਲਾ ਆਪਾਂ ਉਹਦੇ ਬਾਰੇ ਪੜ੍ਹਨਾ ਹੈਗਾ ਤੇ ਜਿਹੜੇ ਨੈਸ਼ਨਲ ਮੂਵਮੈਂਟ ਸੀਗੀ ਬੇਸਿਕਲੀ ਸ਼ੁਰੂ ਤੋਂ ਹੀ ਫਰੀਡਮ ਆਫ ਪ੍ਰੈਸ ਦੇ ਲਈ ਲੜਦੀ ਰਹੀ ਹੈਗੀ ਜਿਹੜੇ ਆਪਣੇ ਨੈਸ਼ਨਲ ਮੂਵਮੈਂਟ ਦੇ ਫਰੀਡਮ ਫਾਈਟਰ ਸੀਗੇ ਉਹ ਫਰੀਡਮ ਦੀ ਆਜ਼ਾਦੀ ਦੇ ਲਈ ਪਹਿਲੇ ਦਿਨ ਤੋਂ ਲੜਦੇ ਰਹੇ ਨੇ ਕਿਉਂ ਕਿਉਂਕਿ ਦੇਖੋ ਸ਼ੁਰੂ ਦੇ ਵਿੱਚ ਨਾ 1870 ਤੋਂ ਲੈ ਕੇ ਤੁਸੀਂ ਲਾ ਲਓ 1918 ਦੇ ਦੌਰ ਦੇ ਵਿੱਚ ਜਿਹੜੇ ਆਪਣੇ ਫਰੀਡਮ ਫਾਈਟਰ ਸੀਗੇ ਉਹਨਾਂ ਦਾ ਮੇਨ ਇਹ ਏਜੰਡਾ ਹੁੰਦਾ ਸੀਗਾ ਵੀ ਜਿਹੜਾ ਐਜੂਕੇਸ਼ਨ ਹੋਊਗੀ ਇਹਨੂੰ ਹੋਊਗੀ ਹੋਰ ਵੀ ਕਈ ਚੀਜ਼ਾਂ ਨੇਗੀਆਂ ਇਹਨਾਂ ਨੂੰ ਕਿਵੇਂ ਬਿਹਤਰ ਕੀਤਾ ਜਾ ਸਕੇ ਇਹਦੇ ਵਾਸਤੇ ਆਪਾਂ ਨੂੰ ਲੋਕਾਂ ਤੱਕ ਗੱਲ ਪਹੁੰਚਾਉਣੀ ਪਊਗੀ ਤੇ ਸਰਕਾਰ ਦੇ ਕੰਨਾਂ ਥਾਈਂ ਵੀ ਗੱਲ ਪਹੁੰਚਾਉਣੀ ਪਊਗੀ ਤੇ ਉਹਦੇ ਵਾਸਤੇ ਸਭ ਤੋਂ ਵਧੀਆ ਟੂਲ ਸਾਡੇ ਹੱਥਾਂ 'ਚ ਕੀ ਹੈ ਉਹ ਹੈਗਾ ਜੀ ਪ੍ਰੈਸ ਸੋ ਕਈ ਨਿਊਜ਼ ਪੇਪਰ ਸੀਗੇ ਇਹਨਾਂ ਟਾਈਮ ਦੇ ਵਿੱਚ ਇਮਰਜ ਹੋਏ ਭਾਰਤੀਆਂ ਦੁਆਰਾ ਵੀ ਕਈ ਨਿਊਜ਼ ਪੇਪਰ ਲਾਂਚ ਕੀਤੇ ਗਏ ਜੋ ਕਿ ਬਹੁਤ ਹੀ ਨਿਡਰ ਦਲੇਰ ਪੱਤਰਕਾਰਾਂ ਦੁਆਰਾ ਚਲਾਏ ਜਾਂਦੇ ਸੀਗੇ ਸੋ ਇਹ ਜਿਹੜੇ ਨਿਊਜ਼ ਪੇਪਰ ਬਿਜ਼ਨਸ ਸੀਗੇ ਉਸ ਵੇਲੇ ਕੋਈ ਪ੍ਰੋਫਿਟ ਮੇਕਿੰਗ ਇਹਨਾਂ ਦਾ ਮੇਨ ਮੋਟਿਵ ਹੁੰਦਾ ਸੀ ਪ੍ਰੋਫਿਟ ਬਣਾਉਣਾ ਜਦਕਿ ਮੇਨ ਮੋਟਿਵ ਇਹ ਸੀਗਾ ਵੀ ਜਿਹੜੀ ਨੈਸ਼ਨਲ ਸਰਵਿਸ ਹੈ ਉਹਦੇ ਅਸੀਂ ਕੰਮ ਆ ਸਕੀਏ ਲੋਕਾਂ ਥਾਈਂ ਅਸੀਂ ਲੋਕਾਂ ਦੇ ਕੰਨਾਂ 'ਚ ਗੱਲ ਪਹੁੰਚਾ ਸਕੀਏ ਵੀ ਇਹ ਅੰਗਰੇਜ਼ ਸਾਡੇ ਨਾਲ ਕੀ ਜ਼ੁਲਮ ਕਰ ਰਹੇ ਨੇ ਤੇ ਆਪਾਂ ਨੂੰ ਕਿਵੇਂ ਇਹਨਾਂ ਦੇ ਖਿਲਾਫ਼ ਆਪਾਂ ਆਵਾਜ਼ ਉਠਾਈਏ ਸੋ ਪ੍ਰੈਸ ਦਾ ਬਹੁਤ ਵੱਡਾ ਰੋਲ ਸੀਗਾ ਇਹਦੇ ਵਿੱਚ ਅੱਛਾ ਇਸ ਚੀਜ਼ ਨੂੰ ਹੁਣ ਰੋਕਣ ਦੇ ਲਈ ਅੰਗਰੇਜ਼ਾਂ ਦੁਆਰਾ ਵੀ ਕਈ ਇਹੋ ਜਿਹੇ ਸਟ੍ਰਿੰਜੈਂਟ ਲਾਜ਼ ਲਿਆਂਦੇ ਗਏ ਜਿਵੇਂ ਕਿ ਇੰਡੀਅਨ ਪੀਨਲ ਕੋਡ ਦਾ ਸੈਕਸ਼ਨ 124A ਇਹ ਬਹੁਤ ਖ਼ਬਰਾਂ ਦੇ ਵਿੱਚ ਰਹਿੰਦਾ ਇਹਨੂੰ ਕਿਹਾ ਜਾਂਦਾ ਜੀ ਸਡੀਸ਼ਨ ਲਾ ਇਹ ਸਡੀਸ਼ਨ ਲਾ ਬਾਰੇ ਆਪਾਂ ਕੁਝ ਕੁ ਗੱਲਾਂ ਪੜਾਂਗੇ ਕਿਉਂਕਿ ਇਹ ਪਿਛਲੇ 5-6 ਮਹੀਨਿਆਂ ਦੇ ਵਿੱਚ ਕਾਫ਼ੀ ਵਾਰ ਸੁਰਖੀਆਂ ਦੇ ਵਿੱਚ ਰਿਹਾ ਸੋ ਆਪਾਂ ਅੱਜ ਦੇ ਇਹ ਲੈਕਚਰ ਦੇ ਵਿੱਚ ਉਹ ਟੌਪਿਕ ਵੀ ਨਾਲ ਨਾਲ ਡਿਸਕਸ ਕਰਾਂਗੇ ਜਿਹੜੇ ਕਰੰਟ ਅਫੇਅਰਸ ਦੇ ਨਾਲ ਨਾਲ ਚੱਲ ਰਹੇ ਨੇਗੇ ਨਿਊਜ਼ ਦੇ ਵਿੱਚ ਆਏ ਹੋਏ ਨੇਗੇ ਉਹ ਵੀ ਮੈਂ ਤੁਹਾਨੂੰ ਅੱਜ ਦੇ ਇਸ ਟੌਪਿਕ ਦੇ ਵਿੱਚ ਸਮਝਾ ਦੂੰ ਸੋ ਇਹ ਸੈਕਸ਼ਨ 124A ਕੀ ਕਹਿੰਦਾ ਪਹਿਲੀ ਗੱਲ ਇਹਨੂੰ 1870 'ਚ ਲਿਆਂਦਾ ਗਿਆ ਸੀਗਾ ਲਾਰਡ ਮਾਇਓ ਦੁਆਰਾ ਜੋ ਕਿ ਵਾਇਸ ਰਾਏ ਸੀਗੇ ਭਾਰਤ ਦੇ ਉਸ ਵੇਲੇ ਇਹ ਜਿਹੜਾ ਸੈਕਸ਼ਨ 124 ਹੈ ਇੰਡੀਅਨ ਪੀਨਲ ਕੋਡ ਦਾ ਇਹ ਕਹਿੰਦਾ ਕੋਈ ਵੀ ਐਕਸ਼ਨ ਜਿਹੜਾ ਕਿ ਸਰਕਾਰ ਦੇ ਖਿਲਾਫ ਹੇਟਡ ਜਾਂ ਵਾਇਲੈਂਟ ਨੂੰ ਉਕਸਾਵੇ ਜਾਂ ਕੋਈ ਇਹੋ ਜਿਹਾ ਕੁਛ ਕਰਨ ਦੀ ਕੋਸ਼ਿਸ਼ ਕਰੇ ਜਿਹੜਾ ਕਿ ਕੋਈ ਵੀ ਇਹੋ ਜਿਹੀ ਮੈਟਰ ਨੂੰ ਅੰਜਾਮ ਦੇਵੇ ਕੋਈ ਵੀ ਐਕਸ਼ਨ ਨੂੰ ਅੰਜਾਮ ਦੇਵੇ ਕੋਈ ਪਰਸਨ ਜੋ ਕਿ ਸਰਕਾਰ ਦੇ ਖਿਲਾਫ ਨਫ਼ਰਤ ਪੈਦਾ ਕਰਦਾ ਲੋਕਾਂ ਨੂੰ ਸਰਕਾਰ ਦੇ ਖਿਲਾਫ ਉਕਸਾਉਂਦਾ ਤਾਂ ਕਿ ਉਹ ਵਾਇਲੈਂਸ ਕਰੇ ਤਾਂ ਇਹ ਇੱਕ
इलीगल यह एक क्रिमिनल ऑफेंस होगा। तो यह है जी सडिशन लॉ इस चीज़ को कहता है। काफ़ी ज़्यादा न्यूज़ चीगा यह अज के समय इनू लैके ये खबर आई क्योंकि कहा जाता है काफ़ी मतलब जोड़े जो जो ओपोजिट पक्ष रखते हैं वो कहें भी इस जो अंग्रेजों के वेले का लॉ है इनू तुसी रीपील क्यों नहीं करते इनू खत्म क्यों नहीं करते यदी अज के समय रेलीवेंट हैगी है या नहीं ये आप समझने की कोशिश कर रहे। सो सडिशन लॉ की है तो आप पढ़ लिया कहें एनीथिंग आप दोबारा पढ़ लेने डेफिनेशन कहें सडिशन विच फॉल्स अंडर सैक्शन 124 ऑफ द इंडियन पीनल कोड। इंडियन पीनल कोड के सैक्शन 124A सडिशन बारे दसा है इज डिफाइंड एज एनीथिंग रिटन स्पोकन और डन दैट ब्रिंग्स हेटड अगेंस्ट गवर्नमेंट एस्टैबलिश बाय लॉ इन इंडिया। कोई भी ऐसी चीज़ बोली हुई लिखी हुई या की हुई सरकार भारत की सरकार है जी खिलाफ नफरत पैदा करे लोगों के सडिशन चार्जिस के अंदर वो बंदे उपर मैडल पैजूगा। तो यह एक नॉन कंपाउंडेबल नॉन बेलेबल ऑफेंस है। यह नॉन कंपाउंडेबल की होंगे नॉन कंपाउंडेबल का मतलब होंगे जी राजीनामा राजीनामा नहीं ये होंगे मैडल पौगा ही पौगा तो बेल भी नहीं होंगी। 3 साल तो लैके उम्र कैद तक की सज़ा हो सकती है कि इन्ना ज़्यादा स्टैंडर्ड लॉज है। तो लॉर्ड मायो के टाइम के इंट्रोड्यूस किया गया से उदों तो लैके अज तक यह इलीगल है। हुण तुसीं सोच रहे होंगे भी ये तो यार जो सडिशन ला है यह अपनी जी आर्टिकल 19 के तहत अपन फ्रीडम ऑफ स्पीच एंड एक्सप्रैशन मिली हुई है वो यह सरेआम वायलेशन कर रहा है। अपना सरकार के खिलाफ क्यों नहीं बोल सकते सुप्रीम कोर्ट के कई केसिस गए इस एक्ट न इस जो सैक्शन है यू रिमूव कर बहुत बार गल की गई बट सुप्रीम कोर्ट ने फिर की जजमेंट दी सी केस होया केदारनाथ सिंह वर्सिज स्टेट ऑफ बिहार। ये सुप्रीम कोर्ट ने कहा भी देखो आर्टिकल 19 के तहत अपन बोलने की आजादी मिलती है नो डाउट संविधान का आर्टिकल 19 अपन ये आजादी दिता है बट आर्टिकल 19(2)A गल भी लिखी हुई है भी थोड़ी जी बोलने की आजादी है वो पर रिस्ट्रिक्शन लग सकती ने जे थोड़ी जी बोलिया हुआ कोई भी शब्द लिखा हुआ कोई भी शब्द या किसी भी माध्यम कोई भी तुम चीज़ बोलते एक्सप्रैस करते हो देश की इंटीग्रिटी या सॉवरेंटी के अगेंस्ट हो अखंडता प्रभु संता दे अगेंस्ट होवे स्टेट की सिक्योरिटी के लिए खतरा हो जाए थोड़ा बोलिया है कोई भी शब्द या किसी दूसरे फॉरन स्टेट फ्रेंडली रिलेशन हो पब्लिक ऑर्डर के लिए खतरा कोर्ट की दिशा निर्देश की उलंघना करता हो कंटेंप्ट ऑफ कोर्ट कहने आप डेफिमेशन यानी कि मानहानि इन्हों ग्राउंड के उपर थोड़ी फ्रीडम ऑफ स्पीच के उपर रिस्ट्रिक्शन लगाई जा सकती है। सो ता करके कोर्ट द्वारा कहा गया सीगा भी देखो फ्रीडम ऑफ स्पीच हैगी है थोड़े को मतलब यह गल तो पता है बट ये उपर इस तरह के रिस्ट्रिक्शन लगाई जा सकते हैं। तो कोई भी यह जहाँ थोड़े द्वारा बोली हुई चीज़ जो कि सरकार के खिलाफ हेटड पैदा करे तो वो एक क्रिमिनल ऑफेंस हैगा। तो हूँ आप जे ये गल करिए सडिशन लॉ है जरा कि इनू रिपील यानी कि खत्म कर देना चाहिए या नहीं तो देखो काफ़ी व्यूज़ ने आप एक व्यू पढ़ते हैं उन्होंने तो देखो आप पढ़ते हैं भी फर्ज करो किसी बंद उपर सडिशन चार्जिस लग गए ट्रायल हो रहे हैं हाले पता नहीं भी वह बंदा गिल्टी होगा या नहीं हूँ एक बार जब उन्होंने फड़े लिया वो पर हाले ट्रायल चल रहे हैं तो लोगों की निगाह के उस बंदे दे प्रति यह भावना बन गई ना भी वह देश द्रोही है सरकार के खिलाफ लोगों को भड़का रहा है। सो जो फर्ज करो कल वह बंदा बरी भी हो जाए तो लोगों की जी इज्जत पहला होंगी सी वो हूँ सदा तो नहीं रहनी। सो ता करके महात्मा गांधी की जी फिलोसफी से भी अगेंस्ट है यह सडिशन लॉ ता करके कहा जाता भी इस एक्ट को रिपील कर दो। चलो आप हम अपने टॉपिक वाल वापस आने करंट आप बहुत पढ़ रहे हम आप दोबारा अपने टॉपिक वाल वापस आने हूँ आप शुरू करते हैं भी प्रेस में रोकने के लिए कर्ब करने के लिए नथ पाने के लिए अंग्रेजों द्वारा कि एक्ट लिया गए। सब तो पहले लिया गया सेंसर ऑफ प्रेस एक्ट 1799 लॉर्ड वेल्सले साहब ने यह एक्ट लिया बेसिकली उदों कादे वास्ते एक्ट लिया जो तो भी लड़ाई लगी हो अंग्रेजा की ठीक है अंग्रेजा की जो भी लड़ाई लगी हो ईस्ट इंडिया कंपनी की तो उदो उस वेल तो कंपनी ही सी हाले तो कंपनी भजाई नहीं देश चों तो उदी लड़ाई लगी दौरान कोई भी मतलब वार टाइम प्रेस रिस्ट्रिक्शन इंपोज कीते जाणगे यानी कि लड़ाई दौरान कोई भी चीज़ प्रेस के नहीं छापी जाऊगी। बाद लॉर्ड हास्टिंग साहब आए हास्टिंग 2 सीगे ठीक है तो इन्होंने वेले अपना इस चीज़ को थोड़ा जहा रिलैक्स किया गया इस रिस्ट्रिक्शन रिलैक्स किया गया। सब तो पहला सीगा प्रेस एक्ट ऑफ 1799 फिर आया जी लाइसेंसिंग रेगुलेशन 1823 बड़ा ही इंपोर्टेंट एक्ट सीगा आर्डिनेंस के थ्रू यह लिया गया सीगा बहुत ही ज़्यादा इंपोर्टेंट है ये बारे अपने 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 अपन ये बारे पढ़ना। तो देखो जॉन एडम्स एक एक्टिंग गवर्नर जनरल आए थे कुछ कु समय वास्ते भारत के जस्ट बाद लॉर्ड आर्मिस्ट साहब आ गए थे
ਫਿਰ ਬੈਂਟਿਕ ਹੋਰੀ ਆ ਗਏ ਸੀ, ਫਿਰ ਮੈਟ ਕਲੈਫੇ ਹੋਰੀ ਆ ਗਏ ਸੀ, ਫਿਰ ਆਕਲੈਂਡ ਹੋਰੀ ਆ ਗਏ ਸੀ, ਫਿਰ ਐਲਨਬਰੋ ਸਾਹਿਬ ਆ ਗਏ ਸੀਗੇ। ਸੋ ਉਹ ਤਾਂ ਫਿਰ ਬਾਅਦ ਚੋਂ ਆਈ ਗਏ, ਬਟ ਇਹ ਕੁਝ ਕੁ ਸਮੇਂ ਵਾਸਤੇ ਆਏ ਸੀ। ਜੌਨ ਐਡਮ, ਇਹਨਾਂ ਨੇ ਇਹ ਲਿਆਂਦਾ ਸੀਗਾ ਆਰਡੀਨੈਂਸ ਲਾਇਸੈਂਸਿੰਗ ਰੈਗੂਲੇਸ਼ਨ 1823। ਇਹਦੇ ਵਿੱਚ ਕੀ ਸੀਗਾ ਤਾਂ ਦੇਖੋ, ਇਹਦੇ ਵਿੱਚ ਇਹ ਗੱਲ ਲਿਖੀ ਹੋਈ ਸੀ, ਕਿਸੇ ਨੇ ਵੀ ਜੇ ਪ੍ਰੈਸ ਛਾਪਣੀ ਹੈ, ਸੋਰੀ ਪ੍ਰੈਸ ਜੇ ਕਿਸੇ ਨੇ ਵੀ ਸ਼ੁਰੂ ਕਰਨੀ ਹੈ, ਪ੍ਰੈਸ ਸ਼ੁਰੂ ਕਰਨੀ ਹੈ ਅਖਬਾਰ ਛਾਪਣ ਦੇ ਲਈ, ਤਾਂ ਉਹਨੂੰ ਲਾਇਸੈਂਸ ਲੈਣਾ ਪਊਗਾ। ਤੇ ਜੇ ਉਹ ਲਾਇਸੈਂਸ ਲਏ ਬਿਨਾਂ ਆਪਦੀ ਪ੍ਰੈਸ ਸ਼ੁਰੂ ਕਰਦਾ ਕੋਈ ਵੀ ਬੰਦਾ, ਤਾਂ ਇਹ ਇੱਕ ਪੀਨਲ ਅਫੈਂਸ ਹੈ, ਉਹਦੇ ਉੱਪਰ ਮੈਡਲ ਪਊਗਾ। ਬਾਅਦ ਦੇ ਵਿੱਚ ਕੀ ਹੋਇਆ, ਸ਼ੁਰੂ ਚ ਤਾਂ ਇਹ ਪ੍ਰੈਸ ਦੇ ਉੱਪਰ ਹੀ ਸੀਗਾ, ਬਾਅਦ ਦੇ ਵਿੱਚ ਜਿਹੜੇ ਵੀ ਜਨਰਲ ਸੀਗੇ, ਪੱਤਰਕਾਰ ਹੋ ਗਈਆਂ, ਪੈਂਫਲੇਟ ਹੋ ਗਏ, ਕਿਤਾਬਾਂ ਹੋ ਗਈਆਂ, ਉਹਨਾਂ ਨੂੰ ਛਾਪਣ ਵਾਸਤੇ ਵੀ ਲਾਇਸੈਂਸ ਲੈਣਾ ਪੈਂਦਾ ਸੀ, ਠੀਕ ਹੈ। ਸੋ ਜੇ ਬਿਨਾਂ ਲਾਇਸੈਂਸ ਲਏ ਇਹ ਸਾਰੀਆਂ ਚੀਜ਼ਾਂ ਜੇ ਛਾਪਦੀਆਂ, ਤਾਂ ਉਹਦੇ ਉੱਪਰ ਉਸ ਬੰਦੇ ਉੱਪਰ ਮੈਡਲ ਪੈਂਦਾ ਸੀ। ਤੇ ਇਹਨਾਂ ਜਿਹੜੀਆਂ ਇਹ ਰਿਸਟ੍ਰਿਕਸ਼ਨਾਂ ਸੀਗੀਆਂ, ਇਹ ਬੇਸਿਕਲੀ ਜਿਹੜੇ ਇੰਡੀਅਨ ਲੈਂਗੁਏਜ ਨਿਊਜ਼ ਪੇਪਰ ਸੀਗੇ ਜੋ ਕਿ ਸਲੋਲੀ ਰਾਈਜ਼ ਕਰ ਰਹੇ ਸੀਗੇ, ਉਹਨਾਂ ਨੂੰ ਰੋਕਣ ਵਾਸਤੇ ਇਹ ਚੀਜ਼ ਲਿਆਂਦੀ ਗਈ ਸੀ। ਰਾਮ ਮੋਹਨ ਰਾਏ ਸਾਹਿਬ ਨੇ ਵੀ ਬਹੁਤ ਅਖਬਾਰ ਛਾਪੇ ਸੀਗੇ, ਉਹਨਾਂ 'ਚ ਇੱਕ ਅਖਬਾਰ ਸੀਗਾ ਇਹਨਾਂ ਦਾ ਮਿਹਰਤੁਲ ਅਖਬਾਰ, ਬੜਾ ਹੀ ਮਸ਼ਹੂਰ ਅਖਬਾਰ ਸੀਗਾ, ਇਹਨੂੰ ਵੀ ਇਸੇ ਕਾਰਨ ਕਰਕੇ ਆਪਦੀ ਪਬਲੀਕੇਸ਼ਨ ਰੋਕਣੀ ਪੈ ਗਈ ਸੀਗੀ, ਲਾਇਸੈਂਸ ਦਾ ਰੌਲਾ ਸੀਗਾ। ਕੁਐਸਚਨ ਪੁੱਛਦਾ ਤੁਹਾਡੇ ਸਾਰਿਆਂ ਤੋਂ ਮੈਂ, ਰਾਮ ਮੋਹਨ ਰਾਏ ਦਾ ਜਿਹੜਾ ਇਹ ਪੇਪਰ ਸੀਗਾ, ਅਖਬਾਰ ਸੀਗਾ ਮਿਹਰਤੁਲ ਅਖਬਾਰ, ਇਹ UPSC ਨੇ ਇੱਕ ਵਾਰ ਕੁਐਸਚਨ ਪੁੱਛਿਆ ਸੀਗਾ ਕਿਹੜੀ ਭਾਸ਼ਾ ਦੇ ਵਿੱਚ ਹੁੰਦਾ ਸੀਗਾ, ਤੁਸੀਂ ਮੈਨੂੰ ਦੱਸੋ ਵੀ ਇਹ ਮਿਹਰਤੁਲ ਅਖਬਾਰ ਕਿਹੜੀ ਲੈਂਗੁਏਜ ਦੇ ਵਿੱਚ ਛਪਦਾ ਸੀਗਾ, ਠੀਕ ਹੈ। ਤੇ ਹੁਣ ਆਪਾਂ ਚੱਲਦੇ ਜੀ, ਬੜਾ ਹੀ ਇੰਪੋਰਟੈਂਟ ਐਕਟ ਹੈਗਾ, 1835 ਦੇ ਵਿੱਚ ਆਇਆ ਸੀਗਾ, ਉਹਦਾ ਨਾਮ ਸੀਗਾ ਪ੍ਰੈਸ ਐਕਟ ਆਫ 1835। ਇਹਨੂੰ ਮੈਟ ਕਲੈਫੇ ਐਕਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਮੈਟ ਕਲੈਫੇ ਮੈਂ ਬੋਲਦਾ ਇਹਨੂੰ, ਉਦਾਂ ਇਹਨੂੰ ਮੈਟ ਕਾਲਸ ਵੀ ਕਹਿੰਦੇ ਹੋਣੇ, ਠੀਕ ਹੈ, ਬਟ ਤੁਸੀਂ ਮੇਰੀ ਅੰਗਰੇਜ਼ੀ ਉੱਪਰ ਨਾ ਜਾਇਆ ਕਰੋ, ਬਹੁਤ ਜ਼ਿਆਦਾ ਕਮਜ਼ੋਰ ਹੈਗੀ। ਤੇ ਚਲੋ ਆਪਾਂ ਟੌਪਿਕ ਵੱਲ ਆਉਣੇ ਆ, ਮੈਟ ਕਲੈਫੇ ਐਕਟ 1835, ਪ੍ਰੈਸ ਜਾਂ ਤੁਸੀਂ ਕਹਿ ਲਓ ਪ੍ਰੈਸ ਐਕਟ ਆਫ 1835 ਇਹ ਹੈ। ਮੈਟ ਕਲੈਫੇ ਸਾਹਿਬ ਨੇ ਬੇਸਿਕਲੀ ਵਿਲੀਅਮ ਬੈਂਟਿਕ ਸਾਹਿਬ ਨੂੰ ਸਕਸੀਡ ਕੀਤਾ ਸੀ, ਉਹ ਤੋਂ ਬਾਅਦ ਇਹ ਗਵਰਨਰ ਜਨਰਲ ਬਣ ਕੇ ਆਏ ਭਾਰਤ ਦੇ, ਤੇ ਕਾਉਂਸਲ ਦੇ ਸੀਨੀਅਰ ਮੈਂਬਰ ਸੀਗੇ। ਇਹਨਾਂ ਦੀ ਟਨਿਓਰ ਦੇ ਵਿੱਚ ਹੋਰ ਕੁਝ ਖਾਸ ਹੋਇਆ ਨਾ ਹੋਇਆ ਹੋਵੇ, ਬਟ ਇੱਕ ਕਾਰਨ ਕਰਕੇ ਮੈਟ ਕਲੈਫੇ ਸਾਹਿਬ ਅੱਜ ਵੀ ਜਾਣੇ ਜਾਂਦੇ ਨੇ, ਉਹ ਇਹ ਸੀਗੇ ਇਹਨਾਂ ਨੇ ਪ੍ਰੈਸ ਨੂੰ ਬਹੁਤ ਸਾਰੀ ਆਜ਼ਾਦੀ ਦਿੱਤੀ ਸੀਗੀ, ਤਾਂ ਕਰਕੇ ਇਹਨਾਂ ਨੂੰ ਲਿਬਰੇਟਰ ਆਫ ਪ੍ਰੈਸ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਮੈਟ ਕਲੈਫੇ ਸਾਹਿਬ ਨੂੰ ਸਿੱਧਾ ਕੁਐਸਚਨ ਪੁੱਛਿਆ ਜਾਂਦਾ, ਇਹਨਾਂ ਨੇ ਫਿਰ ਆਨਸਰ ਕੀ ਕੀਤਾ, ਪ੍ਰੈਸ ਦੀ ਆਜ਼ਾਦੀ ਨੂੰ, ਠੀਕ ਹੈ, ਜਿਹੜੇ ਉੱਪਰ ਉਹਦੇ ਉੱਪਰ ਕਰਬ ਲੱਗਿਆ ਸੀਗਾ ਉਹਨੂੰ ਰੋਕਣ ਦੇ ਲਈ ਇਹਨਾਂ ਨੇ ਫਿਰ ਕੀ ਕੀਤਾ, ਜਿਹੜਾ ਆਹ 1823 ਵਾਲਾ ਆਰਡੀਨੈਂਸ ਸੀਗਾ ਸਭ, ਠੀਕ ਹੈ, ਐਡਮ ਸਾਹਿਬ ਦੁਆਰਾ ਲਿਆਂਦਾ ਗਿਆ ਸੀ, ਪਰ ਤਾਂ ਇਹਨੂੰ ਰੀਪੀਲ ਕੀਤਾ, ਇਹਦੇ ਜਿਹੜੇ ਪ੍ਰੋਵੀਜ਼ਨ ਸੀਗੇ ਸਾਰੇ ਉਹ ਖਤਮ ਕਰਤੇ ਆਨਸਰ ਮੈਟ ਕਲੈਫੇ ਸਾਹਿਬ ਨੇ। ਫਿਰ ਹੋਇਆ ਕਿ ਇਹਨਾਂ ਨੇ ਇਹ ਕਹਿਤਾ, ਕੁਝ ਕੁ ਰਿਸਟ੍ਰਿਕਸ਼ਨ ਹੈਗੀਆਂ ਸੀ, ਇਹ ਕਹਿਤਾ ਸੀ ਵੀ ਜਿਹੜਾ ਵੀ ਪ੍ਰਿੰਟਰ ਜਾਂ ਪਬਲਿਸ਼ਰ ਹੈਗਾ, ਕੋਈ ਵੀ ਬੰਦਾ ਅਖਬਾਰ ਵਗੈਰਾ ਛਾਪਦਾ ਆਪਣੀ ਪ੍ਰੈਸ ਦੇ ਵਿੱਚ, ਤਾਂ ਉਹਨੂੰ ਆਪਦੀ ਜਿਹੜੀ ਪਬਲੀਕੇਸ਼ਨ ਦੇ ਆਫਿਸ ਦਾ ਜਿਹੜਾ ਪ੍ਰੀਮਿਸਿਸ ਹੈਗਾ ਉਹਦਾ ਸਾਨੂੰ ਪ੍ਰਿਸਾਈ ਦੇ ਵਿੱਚ ਅਕਾਊਂਟ ਦਿਓ ਵੀ ਕਿੱਥੇ ਆ ਤੁਹਾਡਾ ਦਫ਼ਤਰ, ਕੀ ਗੱਲਬਾਤ ਹੈ, ਤਾਂ ਕਿ ਸਾਡੇ ਕੋਲ ਪ੍ਰੋਪਰ ਜਾਣਕਾਰੀ ਰਹੇ। ਸੋ ਉਸ ਤੋਂ ਇਲਾਵਾ ਇੰਨੀ ਕੁ ਜ਼ਿਆਦਾ ਆਜ਼ਾਦੀ ਦੇ ਦਿੱਤੀ ਸੀਗੀ ਮੈਟ ਕਲੈਫੇ ਸਾਹਿਬ ਨੇ ਪ੍ਰੈਸ ਨੂੰ, ਜਿਹਦੇ ਕਰਕੇ ਇਹਨਾਂ ਦੇ ਸਮੇਂ ਤੇ ਇਹਨਾਂ ਦੇ ਸਮੇਂ ਤੋਂ ਬਾਅਦ ਵੀ ਬਹੁਤ ਸਾਰੇ ਜਿਹੜੇ ਨਿਊਜ਼ ਪੇਪਰ ਸੀਗੇ, ਅਖਬਾਰ ਸੀਗੇ, ਖਾਸ ਕਰਕੇ ਜਿਹੜੇ ਲੋਕਲ ਭਾਸ਼ਾਵਾਂ ਦੇ ਵਿੱਚ ਨਿਊਜ਼ ਪੇਪਰ ਸੀਗੇ ਉਹ ਛਾਪਣੇ ਸ਼ੁਰੂ ਹੋ ਗਏ, ਤੇ ਉਹਨਾਂ ਦੀ ਜਿਹੜੀ ਗਰੋਥ ਸੀਗੀ ਬਹੁਤ ਹੀ ਤੇਜ਼ੀ ਦੇ ਨਾਲ ਹੋਈ। ਸੋ ਬਹੁਤ ਹੀ ਲਿਬਰਲ ਪ੍ਰੈਸ ਪਾਲਿਸੀ ਲਿਆਂਦੀ ਸੀਗੀ ਮੈਟ ਕਲੈਫੇ ਸਾਹਿਬ ਨੇ, ਤੇ ਅੰਗਰੇਜ਼ਾਂ ਨੂੰ ਇਹਨਾਂ ਦੀ ਇਹ ਉਦਾਰਤਾ ਜਰੀ ਨਹੀਂ ਗਈ, ਉਹਨਾਂ ਨੇ ਵਾਪਸ ਸੱਦ ਲਿਆ। ਇੰਗਲੈਂਡ ਦੇ ਵਿੱਚ ਪਾਰਟੀ ਪੋਲੀਟਿਕਸ ਦਾ ਸ਼ਿਕਾਰ ਹੋ ਗਏ, ਤੇ ਵੱਡੇ ਸਾਹਿਬ ਮੈਟ ਕਲੈਫੇ ਸਾਹਿਬ ਨੂੰ ਕਹਿੰਦੇ ਰਵੀਸ਼ ਕੁਮਾਰ ਹੈ ਤੂੰ, ਜਦ ਇਹਨਾਂ ਨੂੰ ਆਜ਼ਾਦੀ ਦੇ ਤੁਰਿਆ ਹੋਇਆ, ਮੁੜਿਆ ਆਇਆ ਤੇਰਾ ਕਰੀਏ ਹਿਸਾਬ ਕਿਤਾਬ ਅਸੀਂ ਵੀ, ਠੀਕ ਹੈ। ਸੋ ਮੈਟ ਕਲੈਫੇ ਸਾਹਿਬ ਨੂੰ ਫਿਰ ਵਾਪਿਸ ਬੁਲਾ ਲਿਆ ਗਿਆ, ਤੇ ਇਹਨਾਂ ਦੀ ਜਗ੍ਹਾ ਲਾਰਡ ਆਕਲੈਂਡ ਸਾਹਿਬ ਆਏ ਗਵਰਨਰ ਜਨਰਲ ਬਣ ਕੇ। ਸੋ ਮੈਟ ਕਲੈਫੇ ਸਾਹਿਬ ਨੂੰ ਬਹੁਤ ਇੱਜ਼ਤ ਦੇ ਨਾਲ ਦੇਖਦੇ ਆ, ਇਹਨਾਂ ਨੇ ਪ੍ਰੈਸ ਨੂੰ ਲਿਬਰੇਟ ਕੀਤਾ ਸੀਗਾ ਆਪਦੇ ਟਾਈਮ ਵੇਲੇ। ਤੇ PPSC ਨੇ ਦੇਖੋ ਅਸਿਸਟੈਂਟ ਕੰਜ਼ਰਵੇਟਰ ਆਫ ਫੋਰੈਸਟ ਦੇ ਪੇਪਰ ਦੇ ਸਵਾਲ ਪੁੱਛ ਲਿਆ, ਬੜਾ ਸਿੰਪਲ ਕੁਐਸਚਨ ਸੀਗਾ, ਬਟ ਬੱਚੇ ਫਿਰ ਵੀ ਇਸ ਸਵਾਲ ਨੂੰ ਗਲਤ ਕਰਕੇ ਆਏ ਸੀਗੇ। ਕਹਿੰਦੇ ਵਿੱਚੋਂ ਦਾ ਫੋਲੋਇੰਗ ਐਕਟ ਰੈਗੂਲੇਸ਼ਨ ਐਨੈਕਟਡ ਬਾਈ ਚਾਰਲਸ ਮੈਟ ਕਲੈਫੇ ਅਰਨਡ ਹਿਮ ਦਾ ਟਾਈਟਲ ਲਿਬਰੇਟਰ ਆਫ ਪ੍ਰੈਸ। ਮੈਟ ਕਲੈਫੇ ਨੇ ਇਹੋ ਜਿਹਾ ਕਿਹੜਾ ਐਕਟ ਲਿਆਂਦਾ ਸੀ ਜਿਹਦੇ ਕਰਕੇ ਉਹਨੂੰ ਲਿਬਰੇਟਰ ਆਫ ਪ੍ਰੈਸ ਦਾ ਟਾਈਟਲ ਮਿਲਿਆ ਸੀ? ਕਿਹੜਾ ਐਕਟ ਸੀਗਾ? ਪ੍ਰੈਸ ਐਕਟ ਆਫ 1835, ਆਪਸ਼ਨ ਬੀ ਇਹਦਾ ਆਨਸਰ ਸੀ। ਇਹ ਤਾਂ ਆਪਾਂ ਪੜ੍ਹ ਲਿਆ, ਆ ਪਹਿਲੀ ਆਪਸ਼ਨ ਲਾਇਸੈਂਸਿੰਗ ਰੈਗੂਲੇਸ਼ਨ 1823, ਇਹਦੇ ਬਾਰੇ ਵੀ ਆਪਾਂ ਪੜ੍ਹ ਲਿਆ, ਆ ਜਿਹੜੇ ਆਪਸ਼ਨ ਸੀ ਤੇ ਡੀ ਨੇ ਇਹਦੇ ਬਾਰੇ ਆਪਾਂ ਹੁਣ ਅੱਗੇ ਪੜ੍ਹਨਾ, ਤੇ ਇਹਨਾਂ ਤੋਂ ਇਲਾਵਾ ਹੋਰ ਕਿਹੜੇ ਕਰੈਕਟ ਸੀਗੇ ਉਹ ਵੀ ਆਪਾਂ ਅੱਜ ਦੇ ਲੈਕਚਰ 'ਚ ਪੜਾਂਗੇ। ਸੋ ਸਭ ਤੋਂ ਪਹਿਲਾਂ ਤਾਂ ਆ ਲਓ ਜੀ, ਆਪਸ਼ਨ ਸੀ ਵਿੱਚ ਜਿਹੜਾ ਐਕਟ ਲਿਖਿਆ ਹੋਇਆ ਲਾਇਸੈਂਸਿੰਗ ਐਕਟ 1857, ਇਹਦੇ ਬਾਰੇ ਪੜ੍ਹਦੇ ਹਾਂ। ਤਾਂ ਤੁਹਾਨੂੰ ਪਤਾ 1857 ਦੇ ਵਿੱਚ ਰਿਵੋਲਟ ਹੋਇਆ ਸੀਗਾ, ਉਹ ਤੋਂ ਬਾਅਦ ਫਰੀਡਮ ਆਫ ਪ੍ਰੈਸ ਦੇ ਉੱਪਰ ਬਹੁਤ ਹੀ ਜ਼ਿਆਦਾ ਰਿਸਟ੍ਰਿਕਸ਼ਨ ਲੱਗਣੀਆਂ ਸ਼ੁਰੂ ਹੋ ਗਈਆਂ। ਕਾਹਤੋਂ ਹੋ ਗਈਆਂ ਉਹ ਮੈਂ ਤੁਹਾਨੂੰ ਹਲੇ ਅਗਲੇ ਐਕਟ ਦੇ ਵਿੱਚ ਸਮਝਾਉਣਾ ਚਾਹੁੰਦਾ, ਇੱਥੇ ਨਹੀਂ ਸਮਝਾਉਣਾ। ਐਕਟ ਛੋਟਾ ਜਿਹਾ ਸੀ, ਇਹਦੇ ਵਿੱਚ ਸਿਰਫ ਇੱਕ ਮੇਨ ਪ੍ਰੋਵੀਜ਼ਨ ਸੀਗਾ, ਉਹ ਪੜ੍ਹ ਲੈਣਾ। ਇਹਦੇ ਵਿੱਚ ਬੇਸਿਕਲੀ ਸਰਕਾਰ ਕੋਲ ਇਹ ਹੁਣ ਅਧਿਕਾਰ ਆ ਗਿਆ ਸੀਗਾ ਵੀ ਉਹ ਕਿਸੇ ਵੀ ਕਿਤਾਬ, ਨਿਊਜ਼ ਪੇਪਰ ਜਾਂ ਸਰਕੂਲਰ, ਪੈਂਫਲੇਟ, ਕੋਈ ਵੀ ਪ੍ਰਿੰਟਡ ਮਟੀਰੀਅਲ ਹੈ
ਉਹਨੂੰ ਉਹ ਸਟਾਪ ਕਰ ਸਕਦੀ ਹੈ, ਇਹਦੇ ਮਤਲਬ ਦੀ ਪਬਲੀਕੇਸ਼ਨ ਨੂੰ ਉਹ ਰੋਕ ਸਕਦੀ ਹੈ। ਇਹ ਅਧਿਕਾਰ ਹੁਣ ਸਰਕਾਰ ਕੋਲ ਆ ਗਿਆ ਸੀਗਾ ਇਸ ਐਕਟ ਦੇ ਥਰੂ। ਫਿਰ ਆ ਗਿਆ ਜੀ 1867 ਦੇ ਵਿੱਚ ਰਜਿਸਟ੍ਰੇਸ਼ਨ ਐਕਟ, ਜੌਨ ਲਾਰੈਂਸ ਸਾਹਿਬ ਦੇ ਵੇਲੇ ਇਹ ਐਕਟ ਆਇਆ ਸੀਗਾ। ਤੇ ਇਹ ਵੀ ਪੁੱਛਿਆ, ਦੇਖੋ ਕੁਸਚਨ ਇਹਨਾਂ ਟੋਪਿਕ ਦੇ ਵਿੱਚ ਬਹੁਤ ਹੀ ਜ਼ਿਆਦਾ ਬਣ ਸਕਦੇ ਨੇ। ਤੁਸੀਂ ਇਹ ਮਤਲਬ ਜੇ ਆਹ ਚਾਰ ਲਾਈਨਾਂ ਲਿਖੀ ਉਹਨਾਂ ਨੇ ਤੁਹਾਨੂੰ ਇਸ ਸਲਾਈਡ ਦੇ ਵਿੱਚ, ਇਹਨਾਂ ਚਾਰ ਲਾਈਨਾਂ 'ਚ ਮੈਂ 10 ਸਵਾਲ ਬਣਾ ਦੂੰਗਾ ਖੜੇ ਪੈਰ। ਸੋ ਤੁਸੀਂ ਕੁਛ ਨਹੀਂ ਅੰਦਾਜ਼ਾ ਲਾ ਸਕਦੇ ਵੀ ਕਿੰਨੇ ਤਰ੍ਹਾਂ ਦੇ ਕੁਸਚਨ ਬਣ ਸਕਦੇ ਨੇ ਇਸ ਟੋਪਿਕ ਦੇ ਵਿੱਚੋਂ। ਮੈਂ ਤੁਹਾਡੇ ਤੋਂ ਪੁੱਛਣਾ ਵੀ ਆਹ 1867 'ਚ ਐਕਟ ਹੈ, ਇਸ ਵੇਲੇ ਭਾਰਤ ਦਾ ਵਾਇਸਰਾਏ ਕੀ ਹੁੰਦਾ ਸੀਗਾ, ਕੌਣ ਹੁੰਦਾ ਸੀਗਾ, ਹੋਰ ਬਥੇਰੇ ਤਰ੍ਹਾਂ ਦੇ ਕੁਸਚਨ ਮੈਂ ਇੱਕ ਖੜੇ ਟਾਈਮ 8-10 ਕੁਸਚਨ ਇਸ ਕੱਲੀ ਸਲਾਈਡ 'ਚੋਂ ਬਣਾ ਸਕਦਾ। ਸੋ ਧਿਆਨ ਦੇ ਨਾਲ ਸੁਣੋ ਕੱਲਾ ਕੱਲਾ ਪੁਆਇੰਟ। ਸੋ ਫਿਰ ਕੀ ਹੋਇਆ ਸੀਗਾ, ਇਸ ਰਜਿਸਟ੍ਰੇਸ਼ਨ ਐਕਟ ਸੀਗਾ ਜਿਹੜਾ 1867 ਦਾ, ਇਹਨੇ ਕੀ ਕੀਤਾ 1835 ਦਾ ਜਿਹੜਾ ਮੈਡੀਕਲ ਅਫਸਰ ਦਾ ਐਕਟ ਸੀਗਾ ਉਹਨੂੰ ਰਿਪਲੇਸ ਕਰਤਾ। ਤੇ ਬੇਸਿਕਲੀ ਇਹ ਐਕਟ ਕੋਈ ਰਿਸਟ੍ਰਿਕਸ਼ਨ ਲਾਉਣ, ਪ੍ਰੈਸ ਦੇ ਉੱਪਰ ਕੋਈ ਰਿਸਟ੍ਰਿਕਸ਼ਨ ਲਾਉਣ ਦੇ ਨਹੀਂ ਲਿਆਂਦਾ ਗਿਆ ਸੀਗਾ, ਇਹ ਐਕਟ ਬੇਸਿਕਲੀ ਪ੍ਰੈਸ ਨੂੰ ਰੈਗੂਲੇਟ ਕਰਨ ਦੇ ਲਈ ਲਿਆਂਦਾ ਗਿਆ ਸੀਗਾ, ਤਾਂ ਕਿ ਜਿਹੜੀਆਂ ਵੀ ਅਹੀਆਂ ਗਤੀਵਿਧੀਆਂ ਚੱਲਦੀਆਂ ਨੇ ਸਾਡੇ ਖਿਲਾਫ, ਕੋਈ ਵੀ ਬੰਦਾ ਪੁੱਠਾ ਸਿੱਧਾ ਲਿਖਦਾ, ਉਸ ਚੀਜ਼ ਨੂੰ ਅਸੀਂ ਰੈਗੂਲੇਟ ਕਰ ਸਕੀਏ। ਅੰਗਰੇਜ਼ਾਂ ਦੇ ਫਿਰ ਹੁਣ ਇਹ ਸੋਚ ਹੋ ਗਈ ਸੀ, ਉਹਨੂੰ ਰਿਸਟ੍ਰਿਕਟ ਕਰਨ ਦਾ ਕੋਈ ਵੀ ਇਰਾਦਾ ਨਹੀਂ ਸੀਗਾ, ਉਹਨੂੰ ਰੈਗੂਲੇਟ ਕਰਨ ਦੇ ਲਈ ਇਹ ਐਕਟ ਲਿਆਂਦਾ ਗਿਆ ਸੀਗਾ, ਰਜਿਸਟ੍ਰੇਸ਼ਨ ਐਕਟ ਆਫ 1867। ਇਸ ਐਕਟ ਦੇ ਵਿੱਚ ਹੁਣ ਕੀ ਪ੍ਰੋਵੀਜ਼ਨ ਸੀਗੇ, ਬੜਾ ਹੀ ਇੰਪੋਰਟੈਂਟ, ਤੁਹਾਨੂੰ ਐਗਜ਼ਾਮਪਲ ਦਾ ਸਮਝਾਊਂਗਾ, ਤੁਹਾਨੂੰ ਇਹ ਪਤਾ ਲੱਗੂਗਾ ਵੀ ਅੱਜ ਵੀ ਅੰਗਰੇਜ਼ਾਂ ਦੇ ਬਣਾਏ ਹੋਏ ਜਿਹੜੇ ਕਾਨੂੰਨ ਨੇ ਉਹ ਚੱਲ ਰਹੇ ਨੇਗੇ ਆਪਣੇ ਭਾਰਤ ਦੇ ਵਿੱਚ। ਸੋ ਪਹਿਲਾ ਪ੍ਰੋਵੀਜ਼ਨ ਸੀਗਾ ਇਸ ਐਕਟ ਦਾ, ਕਹਿੰਦੇ ਐਵਰੀ ਬੁੱਕ ਜਾਂ ਨਿਊਜ਼ ਪੇਪਰ, ਕੋਈ ਵੀ ਕਿਤਾਬ ਜਾਂ ਪੇਪਰ ਉਹਨੂੰ ਪ੍ਰਿੰਟ ਕੀਤਾ ਜਾਂਦਾ, ਪ੍ਰਿੰਟਰ ਦੁਆਰਾ ਜਾਂ ਪਬਲਿਸ਼ ਵੀ ਕੀਤਾ ਜਾਂਦਾ, ਠੀਕ ਹੈ, ਇਹਦੇ ਵਿੱਚ ਇਹ ਸੀਗਾ ਐਵਰੀ ਬੁੱਕ ਨਿਊਜ਼ ਪੇਪਰ ਵਾਜ਼ ਰਿਕੁਆਇਰਡ ਟੂ ਪ੍ਰਿੰਟ ਦਾ ਨੇਮ ਆਫ ਦਾ ਪ੍ਰਿੰਟਰ ਐਂਡ ਪਬਲਿਸ਼ਰ ਐਂਡ ਦਾ ਪਲੇਸ ਆਫ ਪਬਲੀਕੇਸ਼ਨ। ਕੋਈ ਵੀ ਕਿਤਾਬ ਛਪਦੀ ਹੈ ਜਾਂ ਕੋਈ ਵੀ ਨਿਊਜ਼ ਪੇਪਰ ਛਪਦਾ ਤਾਂ ਉਹਨੂੰ ਛਾਪਣ ਵਾਲੇ ਦਾ ਨਾਮ, ਕਿਹੜੀ ਪ੍ਰਿੰਟਰ ਪ੍ਰੈਸ ਦੇ ਵਿੱਚ ਛਪਿਆ ਉਹਦਾ ਨਾਮ, ਤੇ ਕਿੱਥੇ ਕਿਹੜੀ ਜਗ੍ਹਾ ਦੇ ਉੱਪਰ ਛਪਿਆ ਉਹਦਾ ਨਾਮ ਲਿਖਣਾ ਪਊਗਾ। ਤੁਹਾਡੇ ਚੋਂ ਕਈਆਂ ਨੇ ਪੇਪਰ ਦੇ ਵਿੱਚ, ਨਿਊਜ਼ ਪੇਪਰ ਦੇ ਵਿੱਚ ਆਪਦੇ ਆਰਟੀਕਲ ਦਿੱਤੇ ਹੋਣਗੇ, ਕੋਈ ਲੇਖ ਲਿਖਿਆ ਹੋਣਾ, ਠੀਕ ਹੈ, ਜਿਹੜੇ ਵੀਡੀਓ ਨੂੰ ਸੁਣ ਰਹੇ ਨੇ ਟੀਚਰ ਸਾਹਿਬਾਨ ਸੁਣ ਰਹੇ ਨੇ, ਮਾਸਟਰ ਸੁਣ ਰਹੇ ਨੇਗੇ, ਉਹਨਾਂ ਨੇ ਵੀ ਕਈ ਵਾਰ ਕੋਈ ਕਵਿਤਾ ਲਿਖ ਕੇ ਆਪਦੇ ਅਖਬਾਰ 'ਚ ਦਿੱਤੀ ਹੋਣੀ ਹੁਣ ਤੱਕ, ਠੀਕ ਹੈ, ਤੇ ਉਹਦੇ ਉੱਪਰ ਤੁਸੀਂ ਇਹ ਗੱਲ ਨੋਟ ਵੀ ਤੁਹਾਡਾ ਨਾਮ ਤੁਹਾਡੇ ਤੋਂ ਪੁੱਛਦੇ ਨੇ, ਤੇ ਉਹ ਪੇਪਰ ਦੇ ਵਿੱਚ ਲਿਖਿਆ ਜਾਂਦਾ। ਕੋਈ ਪੱਤਰਕਾਰ ਹੈਗਾ, ਉਹ ਕੋਈ ਵੀ ਆਰਟੀਕਲ ਛਾਪਦਾ ਹੈਗਾ, ਠੀਕ ਹੈ, ਫਲਾਣੇ ਰੋਡ ਤੇ ਉੱਪਰ ਐਕਸੀਡੈਂਟ ਹੋ ਗਿਆ, ਇੰਨੇ ਫੱਟੜ ਹੋ ਗਏ, ਇਹੀਆਂ ਖ਼ਬਰਾਂ ਵੀ ਕਈ ਛਾਪਦੇ ਨੇ, ਬਟ ਆਪਦਾ ਨਾਮ ਤਾਂ ਉਹ ਲਿਖਦੇ ਨੇ, ਫਲਾਣਾ ਪੱਤਰਕਾਰ ਮੇਜਰ ਸਿੰਘ ਢੇਮਕਾ ਸਿੰਘ ਬਹੁਤ, ਠੀਕ ਹੈ, ਇਹ ਉਹਨਾਂ ਨੂੰ ਨਾਮ ਜਿਹੜਾ ਲਿਖਦੇ ਨੇ ਨਾ, ਇਹ ਐਂ ਨਹੀਂ ਲਿਖਦੇ ਵੀ ਉਹਨਾਂ ਨੂੰ ਬੜਾਈ ਮਿਲੂਗੀ, ਇਹ ਲਿਖਣਾ ਕੰਪਲਸ਼ਨ ਹੈਗੀ, ਅੰਗਰੇਜ਼ਾਂ ਦੇ ਬਣਾਏ ਕਾਨੂੰਨ ਅੱਜ ਤੱਕ ਚੱਲ ਰਹੇ ਨੇਗੇ। ਤੁਹਾਨੇ ਕੋਈ ਵੀ ਕਵਿਤਾ ਲਿਖਣੀ ਹੈ, ਕੋਈ ਵੀ ਲੇਖ ਲਿਖਣਾ ਅਖਬਾਰ 'ਚ, ਤਾਂ ਤੁਹਾਡਾ ਨਾਮ ਜਿਹੜਾ ਉਹਦੇ ਵਿੱਚ ਲਿਖਿਆ ਜਾਂਦਾ ਨਾ, ਵੀ ਪਬਲਿਸ਼ ਵੀ ਇਹ ਚੀਜ਼ ਕਿਹਨੇ ਲਿਖੀ ਹੈ, ਤੁਹਾਡਾ ਨਾਮ ਉੱਥੇ ਲਿਖਿਆ ਜਾਂਦਾ, ਇਹ ਚੀਜ਼ ਜ਼ਰੂਰੀ ਹੈਗੀ ਤਾਂ ਲਿਖਿਆ ਜਾਂਦਾ ਹੈਗਾ। ਇਹ ਐਂ ਨਹੀਂ ਹੈਗਾ ਵੀ ਉਈਓ ਤੁਹਾਨੂੰ ਇੱਜ਼ਤ ਦੇਣ ਵਾਸਤੇ ਨਾਮ ਲਿਖਦਾ ਦੇਣਾ, ਇਹ ਜ਼ਰੂਰੀ ਹੈਗਾ। ਸੋ ਕਿਹਨੇ ਲਿਖਿਆ, ਕਿੱਥੇ ਲਿਖਿਆ ਗਿਆ, ਕਿਹੜੀ ਜਗ੍ਹਾ ਤੇ ਲਿਖਿਆ ਗਿਆ ਤੇ ਕਿਹਨੇ ਛਾਪਿਆ, ਇਹ ਸਾਰਾ ਕੁਝ ਜ਼ਰੂਰੀ ਕਰਤਾ ਸੀ ਇਸ ਐਕਟ ਨੇ। ਕਾਹਤੋਂ, ਤਾਂ ਕਿ ਅੰਗਰੇਜ਼ਾਂ ਨੂੰ ਇਹ ਪਤਾ ਲੱਗ ਸਕੇ, ਕੋਈ ਵੀ ਬੰਦਾ ਜੇ ਬਾਹਲੀ ਜ਼ਿਆਦਾ ਹੇਟਡ ਸਰਕਾਰ ਦੇ ਖਿਲਾਫ ਫੈਲਾ ਰਿਹਾ ਹੈਗਾ, ਤਾਂ ਇਹ ਤਾਂ ਪਤਾ ਚੱਲ ਜੇ ਵੀ ਉਹਨੇ ਕਿਹੜੇ ਅਖਬਾਰ 'ਚ ਚੀਜ਼ ਛਾਪੀ ਹੈਗੀ, ਕਿੱਥੋਂ ਛਾਪੀ ਹੈ, ਕਿਹੜੀ ਜਗ੍ਹਾ ਤੋਂ ਤੇ ਕਿਹੜੀ ਪ੍ਰੈਸ ਛਾਪੀ ਹੈ, ਤਾਂ ਕਿ ਅਸੀਂ ਉਹ ਬੰਦੇ ਨੂੰ ਤਾਂ ਫੜ ਸਕੀਏ। ਸੋ ਤਾਂ ਕਰਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰੈਗੂਲੇਟ ਕੀਤਾ ਗਿਆ ਪ੍ਰੈਸ ਨੂੰ ਇਸ ਐਕਟ ਦੇ ਨਾਲ। ਦੂਸਰਾ, ਉਸ ਚੀਜ਼ ਦੀ ਪਬਲੀਕੇਸ਼ਨ ਜਿਹੜੀ ਕਾਪੀ ਹੈਗੀ ਉਹ ਲੋਕਲ ਗੌਰਮੈਂਟ ਨੂੰ 1 ਮਹੀਨੇ ਦੇ ਵਿੱਚ ਸਬਮਿਟ ਕੀਤੀ ਜਾਊਗੀ, ਜੇ ਕੋਈ ਵੀ ਕਿਤਾਬ ਵਗੈਰਾ ਪਬਲਿਸ਼ ਹੁੰਦੀ ਹੈ, ਤਾਂ ਕਿ ਉਹਨੂੰ ਚੰਗੀ ਤਰ੍ਹਾਂ ਐਨਾਲਾਈਜ਼ ਕੀਤਾ ਵੀ ਉਹ 'ਚ ਕੁਛ ਪੁੱਠਾ ਸਿੱਧਾ ਤਾਂ ਲਿਖਿਆ ਹੋਇਆ। ਸੋ ਇਹ ਐਕਟ ਸੀਗਾ ਸਿਰਫ ਰੈਗੂਲੇਟਰੀ ਸੀਗਾ ਨੇਚਰ ਦੇ ਵਿੱਚ, ਨਾ ਕਿ ਰਿਸਟ੍ਰਿਕਟਿਵ ਸੀਗਾ। ਫਿਰ ਆ ਗਿਆ ਜੀ ਬੜਾ ਹੀ ਇੰਪੋਰਟੈਂਟ ਵਰਨੈਕੂਲਰ ਪ੍ਰੈਸ ਐਕਟ 1878। ਸੁਪਰ ਇੰਪੋਰਟੈਂਟ ਇਹ ਟੋਪਿਕ ਹੈਗਾ, ਪੇਪਰ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਸਾਰੇ ਕੁਸਚਨ ਪੁੱਛੇ ਗਏ ਨੇ ਇਹਦੇ ਵਿੱਚੋਂ। ਤਾਂ ਦੇਖੋ 19ਵੀਂ ਸਦੀ ਦਾ ਜਿਹੜਾ ਲੇਟਰ ਹਾਫ ਸੀ, ਯਾਨੀ ਕਿ 1850 ਤੋਂ ਲੈ ਕੇ 1900 ਦੇ ਵਿੱਚ ਜਿਹੜੇ ਇਹ 50 ਸਾਲ ਸੀ ਨਾ, ਇਹਨਾਂ 50 ਸਾਲਾਂ ਦੇ ਵਿੱਚ ਜਿਹੜੀ ਵਰਨੈਕੂਲਰ ਪ੍ਰੈਸ ਸੀਗੀ ਉਹਦੀ ਬਹੁਤ ਹੀ ਜ਼ਿਆਦਾ ਰਿਮਾਰਕੇਬਲ ਗਰੋਥ ਹੋਈ ਸੀ। ਵਰਨੈਕੂਲਰ ਦਾ ਮਤਲਬ ਹੈ ਜੀ ਜਿਹੜੀ ਲੋਕਲ ਭਾਸ਼ਾਵਾਂ ਦੇ ਵਿੱਚ ਜਿਹੜੇ ਨਿਊਜ਼ ਪੇਪਰ ਛਾਪਣੇ ਸ਼ੁਰੂ ਹੋ ਗਏ ਸੀ, ਉਹਨਾਂ ਦੀ ਪਤਾ ਹੀ ਨਹੀਂ, ਗਿਣਤੀ ਨਹੀਂ ਸੀਗੀ ਕਿੰਨੇ ਵਾਧੂ ਨਿਊਜ਼ ਪੇਪਰ ਛਾਪਣ ਲੱਗ ਗਏ ਸੀ। ਸ਼ੁਰੂ ਦੇ ਵਿੱਚ ਕੀ ਹੁੰਦਾ ਸੀਗਾ, ਆਪਾਂ ਹੁਣ ਤੱਕ ਪਿੱਛੇ ਕੀ ਪੜਿਆ ਹੈਗਾ, ਸ਼ੁਰੂ ਦੇ ਵਿੱਚ ਸਿਰਫ ਵੱਡੇ ਸ਼ਹਿਰਾਂ ਦੇ ਵਿੱਚ ਨਿਊਜ਼ ਪੇਪਰ ਛਾਪਦੇ ਹੁੰਦੇ ਸੀ, ਜਿਵੇਂ ਕਿ ਕਲਕੱਤਾ, ਮਦਰਾਸ, ਬੰਬੇ, ਉਹ ਵੀ ਅੰਗਰੇਜ਼ੀ ਭਾਸ਼ਾ ਦੇ ਵਿੱਚ। ਬਟ ਬਾਅਦ ਦੇ ਵਿੱਚ ਕੀ ਹੋਣ ਲੱਗ ਗਿਆ, ਵਰਨੈਕੂਲਰ ਲੈਂਗੁਏਜਸ ਦੇ ਵਿੱਚ ਵੀ ਨਿਊਜ਼ ਪੇਪਰ ਛਾਪਣੇ ਸ਼ੁਰੂ ਹੋਣ ਲੱਗੇ। ਹੁਣ ਜਿਹੜਾ 1857 ਦਾ ਰੋਲ ਸੀ ਹਾਲੇ ਉਹਦੇ ਬਾਰੇ ਆਪਾਂ ਸਮਝਣਾ ਹੈ, ਬੜੀ ਡਿਟੇਲ ਦੇ ਵਿੱਚ ਵਧੀਆ ਐਗਜ਼ਾਮਪਲਾਂ ਲੈ ਕੇ ਸਮਝਾਊਂਗਾ ਤੁਹਾਨੂੰ ਮੈਂ ਵੀ। ਉਹ ਰਿਵੋਲਟ ਦਾ ਕਾਰਨ ਕੀ ਸੀਗਾ, ਪ੍ਰੈਸ ਨੇ ਬਹੁਤ ਜ਼ਿਆਦਾ ਜਾਗਰੂਕ ਕੀਤਾ ਸੀਗਾ ਉਸ ਰਿਵੋਲਟ ਦੇ ਵਿੱਚ, ਠੀਕ ਹੈ। ਸੋ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਸੀਗਾ, ਉਹ ਭਾਸ਼ਾਵਾਂ ਲੋਕਲ ਭਾਸ਼ਾਵਾਂ ਦੇ ਵਿੱਚ ਉਹ ਅਖਬਾਰ ਛਾਪਦੇ ਸੀਗੇ। ਸੋ ਹੁਣ ਇੱਥੇ 1878 ਦੇ ਵਿੱਚ ਇਹਨਾਂ ਨੇ ਅੰਗਰੇਜ਼ਾਂ ਨੂੰ ਇਹ ਅਕਲ ਆਈ ਵੀ ਉਹ ਜਿਹਾ 1857 ਵਰਗਾ ਰਿਵੋਲਟ ਦੁਬਾਰਾ ਖੜਾ ਨਾ ਹੋ ਸਕੇ, ਉਹਦੇ ਵਾਸਤੇ ਜਿਹੜੀਆਂ ਇਹ ਵਰਨੈਕੂਲਰ ਲੈਂਗੁਏਜ ਦੇ ਵਿੱਚ ਲੋਕਲ ਭਾਸ਼ਾਵਾਂ ਦੇ
ਆਪਦੀ ਸੰਗਲੀ ਕਸੀਏ, ਨਹੀਂ ਇਹ ਲੋਕਾਂ ਨੂੰ ਕੱਲੀ ਕੱਲੀ ਗੱਲ ਦੱਸ ਦੇਣਗੇ ਵੀ ਅੰਗਰੇਜ਼ ਕੀ ਕਰ ਰਹੇ ਨੇ ਤੇ ਸਾਨੂੰ ਲੋਕ ਕਦੇ ਵੀ ਜੁੱਤੀਆਂ ਮਾਰ ਕੇ ਭਜਾ ਸਕਦੇ ਨੇ। ਸੋ ਅੰਗਰੇਜ਼ ਤਾਂ ਹੀ ਇਸ ਵਰਨੈਕੂਲਰ ਪ੍ਰੈਸ ਨੂੰ ਸਪਰੈਸ ਕਰਨਾ ਚਾਹੁੰਦੇ ਸੀਗੇ, ਕਿਉਂਕਿ ਇਹ ਜਿਹੜੀ ਵਰਨੈਕੂਲਰ ਭਾਸ਼ਾ ਦੇ ਵਿੱਚ ਜਿਹੜੇ ਪੇਪਰ ਛਾਪੇ ਜਾਂਦੇ ਸੀ, ਇਹ ਲੋਕਾਂ ਨੂੰ ਆਮ ਜਨਤਾ ਨੂੰ ਅਵੇਅਰ ਕਰ ਰਹੇ ਸੀਗੇ ਵੀ ਸਾਡੇ ਅਧਿਕਾਰ ਕੀ ਨੇ, ਕਿਹੜੇ ਅਧਿਕਾਰ ਸਾਨੂੰ ਮਿਲਣੇ ਚਾਹੀਦੇ ਨੇ ਇਹਨਾਂ ਅੰਗਰੇਜ਼ਾਂ ਤੋਂ, ਤੇ ਇਹ ਅੰਗਰੇਜ਼ ਕੀ ਕੀ ਕਰਤੂਤ ਕਰ ਰਹੇ ਨੇ। ਸੋ ਲੋਕਲ ਭਾਸ਼ਾਵਾਂ ਦੇ ਵਿੱਚ ਜਿਹੜੇ ਪੇਪਰ ਛਾਪਦੇ ਸੀ ਉਹਨਾਂ ਨੂੰ ਰੋਕਣ ਦੇ ਲਈ ਇਹ ਐਕਟ ਲਿਆਂਦਾ ਗਿਆ। ਕਿਹਦੇ ਦੁਆਰਾ? ਲਾਰਡ ਲਿਟਨ ਦੁਆਰਾ, ਕਿਉਂਕਿ 1878 ਦੇ ਵਿੱਚ ਤਾਂ ਇਹ ਸਾਲ ਤਾਂ ਲਾਰਡ ਲਿਟਨ ਭਾਰਤ ਦੇ ਵਾਇਸ ਰਹੇ ਸੀਗੇ। ਸੋ ਬੇਸਿਕਲੀ ਇਸ ਐਕਟ ਨੂੰ ਡਿਜ਼ਾਈਨ ਕੀਤਾ ਗਿਆ ਸੀ ਤਾਂ ਕਿ ਵਰਨੈਕੂਲਰ ਪ੍ਰੈਸ ਦੇ ਉੱਪਰ ਇਹਨਾਂ ਦਾ ਬਹੁਤ ਹੀ ਬੈਟਰ ਕੰਟਰੋਲ ਹੋ ਸਕੇ, ਤੇ ਜੇ ਕੋਈ ਵੀ ਬੰਦਾ ਸਡੀਸ਼ੀਅਸ ਰਾਈਟਿੰਗ ਲਿਖਦਾ ਹੈ ਉਹਨੂੰ ਪਨਿਸ਼ ਕੀਤਾ ਜਾ ਸਕੇ। ਇਹ ਨੇ ਜੀ ਲਿਟਨ ਸਾਹਿਬ ਜੋ ਤੁਸੀਂ ਫੋਟੋ 'ਚ ਦੇਖ ਰਹੇ ਹੋ। ਪ੍ਰੋਵੀਜ਼ਨ ਪੜ੍ਹਦੇ ਹਾਂ ਇਸ ਐਕਟ ਦੇ, ਪੇਪਰ ਦੇ ਵਿੱਚ ਬਹੁਤ ਵਾਰ ਪੁੱਛੇ ਗਏ ਨੇ। ਸਭ ਤੋਂ ਪਹਿਲਾਂ ਇਹ ਐਕਟ ਮੈਜਿਸਟਰੇਟ ਹੈਗਾ ਜਿਹੜਾ ਜ਼ਿਲ੍ਹੇ ਦਾ ਉਹਨੂੰ ਐਮਪਾਵਰ ਕਰਦਾ ਹੈਗਾ, ਉਹਨੂੰ ਇਹ ਪਾਵਰ ਦਿੰਦਾ ਵੀ ਤੂੰ ਜਿਹੜਾ ਵੀ ਪ੍ਰਿੰਟਰ ਜਾਂ ਪਬਲਿਸ਼ਰ ਹੈਗਾ ਉਹਦੇ ਨਾਲ ਇੱਕ ਬੌਂਡ ਸਾਈਨ ਕਰ। ਕਾਹਦੇ ਵਾਸਤੇ? ਤਾਂ ਕਿ ਜੇ ਉਹ ਕੋਈ ਵੀ ਪੁੱਠੀ ਸਿੱਧੀ ਗੱਲ ਛਾਪਦਾ ਆਪਦੇ ਪੇਪਰ ਦੇ ਵਿੱਚ ਜੋ ਕਿ ਸਰਕਾਰ ਦੇ ਅਗੇਂਸਟ ਹੇਟਡ ਪੈਦਾ ਕਰੇ ਉਹਦੇ ਉੱਪਰ ਮੈਡਲ ਪਾਇਆ ਜਾ ਸਕੇ। ਇਹਦੇ ਵਾਸਤੇ ਤੂੰ ਸਿਕਿਉਰਿਟੀ ਵੀ ਲਈ ਹੋ ਤਾਂ ਪੈਸੇ ਦੇ ਰੂਪ ਦੇ ਵਿੱਚ ਉਹਦੇ ਤੋਂ ਇੱਕ ਸਿਕਿਉਰਿਟੀ ਡਿਪੋਜ਼ਿਟ ਵੀ ਕਰਾਉਣੀ ਹੈ ਮੈਜਿਸਟਰੇਟ ਸਾਹਿਬ ਨੇ, ਤੇ ਇਹ ਸਿਕਿਉਰਿਟੀ ਹੋ ਸਕਦਾ ਹੈਗਾ ਮੈਜਿਸਟਰੇਟ ਜੇ ਉਹ ਬੰਦਾ ਉਹ ਨਿਊਜ਼ ਪੇਪਰ ਛਾਪਣ ਵਾਲਾ ਬੰਦਾ ਇਹ ਰੈਗੂਲੇਸ਼ਨ ਦੀ ਇੱਜ਼ਤ ਨਹੀਂ ਕਰਦਾ, ਇਹਨਾਂ ਦੀ ਉਲੰਘਣਾ ਕਰਦਾ, ਤੇ ਜੇ ਇਹ ਬੰਦਾ ਓਫੈਂਸ ਰਿਪੀਟ ਕਰੇ ਦੁਬਾਰਾ ਦੁਬਾਰਾ ਉਹੀ ਓਫੈਂਸ ਰਿਪੀਟ ਕਰੇ ਤਾਂ ਉਹਦੀ ਜਿਹੜੀ ਪ੍ਰੈਸ ਹੈ ਉਹਨੂੰ ਸੀਜ਼ ਕੀਤਾ ਜਾ ਸਕਦਾ ਅੰਗਰੇਜ਼ਾਂ ਦੁਆਰਾ। ਤੇ ਸਭ ਤੋਂ ਖਤਰਨਾਕ ਐਕਟ ਪਤਾ ਕਿਉਂ ਸੀਗਾ? ਤਾਂ ਕਿ ਕਾਹਤੋਂ ਸੀਗਾ? ਤਾਂ ਇਸ ਕਰਕੇ ਸੀਗਾ ਵੀ ਜਿਹੜਾ ਮੈਜਿਸਟਰੇਟ ਦਾ ਡਿਸੀਜਨ ਹੈਗਾ, ਐਕਸ਼ਨ ਹੈਗਾ ਉਹਦਾ ਵੀ ਕਿਸੇ ਪ੍ਰੈਸ ਨੂੰ ਜਿਹੜਾ ਸੀਜ਼ ਕਰਤਾ ਇਸ ਚੱਕਰ ਦੇ ਵਿੱਚ ਤਾਂ ਉਹਦਾ ਉਹ ਡਿਸੀਜਨ ਫਾਈਨਲ ਹੈਗਾ, ਤੇ ਅੱਗੇ ਕਿਸੇ ਵੀ ਕੋਰਟ ਦੇ ਵਿੱਚ ਇਹ ਮੈਟਰ ਨਹੀਂ ਜਾ ਸਕਦਾ, ਯਾਨੀ ਕਿ ਜੁਡੀਸ਼ੀਅਲ ਰਿਵਿਊ ਕੋਰਟ ਦੁਆਰਾ ਨਹੀਂ ਲਿਆ ਜਾ ਸਕਦਾ। ਬੜਾ ਹੀ ਖਤਰਨਾਕ ਪ੍ਰੋਵੀਜ਼ਨ ਸੀਗਾ। ਸੋ ਖਤਰਨਾਕ ਤਾਂ ਹੈਗਾ ਸੀਗਾ, ਇਹਦਾ ਵਿਦਰੋਹ ਬਹੁਤ ਹੋਇਆ। ਇਹ ਜਿਹੜਾ ਵਰਨੈਕੂਲਰ ਪ੍ਰੈਸ ਐਕਟ ਸੀ ਨਾ, ਆਪਣੇ ਭਾਰਤੀਆਂ ਨੇ ਬਹੁਤ ਜਲੂਸ ਕੱਢਿਆ ਇਸ ਵਰਨੈਕੂਲਰ ਪ੍ਰੈਸ ਐਕਟ ਦਾ, ਤਾਂ ਕਰਕੇ ਇਹਨੂੰ ਰੀਪੀਲ ਵੀ ਕਰਨਾ ਪੈ ਗਿਆ ਸੀਗਾ 1882 ਦੇ ਵਿੱਚ ਅਗਲੇ ਵਾਇਸ ਰਹੇ ਲਾਰਡ ਰਿਪਨ ਸਾਹਿਬ ਦੁਆਰਾ। ਬੜੀ ਇੱਜ਼ਤ ਸੀਗੀ ਭਾਰਤ ਦੇ ਲੋਕਾਂ ਦੇ ਵਿੱਚ ਰਿਪਨ ਸਾਹਿਬ ਦੇ ਲਈ, ਇਹਨਾਂ ਨੇ ਆਉਣ ਸਾਰ ਵਰਨੈਕੂਲਰ ਪ੍ਰੈਸ ਐਕਟ ਖਤਮ ਕਰਤਾ ਸੀ। ਕਾਹਤੋਂ? ਆਪਾਂ ਪੜ੍ਹਦੇ ਹਾਂ। ਤਾਂ ਦੇਖੋ ਇਹ ਐਕਟ ਖਤਰਨਾਕ ਸੀਗਾ, ਆਪਾਂ ਨੂੰ ਪਤਾ ਲੱਗਾ ਕਾਹਤੋਂ ਸੀਗਾ। ਪ੍ਰੈਸ ਨੂੰ ਤਾਂ ਪੂਰਾ ਸੰਗਲਾਂ ਦੇ ਵਿੱਚ ਇਹਨੇ ਜਕੜ ਲਿਆ ਸੀਗਾ। ਹੁਣ ਇਹ ਐਕਟ ਖਤਰਨਾਕ ਦੇ ਨਾਲ ਨਾਲ ਡਿਸਕ੍ਰੀਮੀਨੇਟਰੀ ਵੀ ਸੀਗਾ। ਕਿਵੇਂ ਡਿਸਕ੍ਰੀਮੀਨੇਟਰੀ? ਕਿਵੇਂ? ਇਹ ਐਕਟ ਨੇ ਕੀ ਕੀਤਾ, ਜਿਹੜੇ ਵੀ ਨਿਊਜ਼ ਪੇਪਰ ਅੰਗਰੇਜ਼ੀ ਭਾਸ਼ਾ ਦੇ ਵਿੱਚ ਛਪਦੇ ਸੀਗੇ, ਇੰਗਲਿਸ਼ ਦੇ ਵਿੱਚ ਛਪਦੇ ਸੀ, ਉਹਨਾਂ ਨੂੰ ਤਾਂ ਇਸ ਐਕਟ ਦੇ ਦਾਇਰੇ ਤੋਂ ਬਾਹਰ ਕਰਤਾ, ਤੇ ਜਿਹੜੇ ਪੇਪਰ ਨਿਊਜ਼ ਪੇਪਰ ਵਰਨੈਕੂਲਰ ਭਾਸ਼ਾਵਾਂ ਦੇ ਵਿੱਚ ਛਪਦੇ ਸੀਗੇ, ਲੋਕਲ ਭਾਸ਼ਾਵਾਂ ਦੇ ਵਿੱਚ ਛਪਦੇ ਸੀ, ਉਹਨਾਂ ਨੂੰ ਇਸ ਐਕਟ ਦੇ ਅਧੀਨ ਲਿਆਤਾ। ਤਾਂ ਕਰਕੇ ਇਸ ਐਕਟ ਨੂੰ ਗੇਜਿੰਗ ਐਕਟ ਕਹਿੰਦਾ। ਵੀ ਇਹ ਕੀ ਗੱਲ ਹੋਈ? ਇਹ ਤਾਂ ਵਿਰਕਤ ਕਰਾਏਗਾ ਅੰਗਰੇਜ਼ੀ ਪੇਪਰਾਂ ਨੇ, ਪੇਪਰ ਨੇ ਉਹਨਾਂ ਨੂੰ ਬਾਹਰ ਕਰ ਦੋ, ਸਾਨੂੰ ਤੁਸੀਂ ਇਸ ਐਕਟ ਦੇ ਅਧੀਨ ਲਿਆਤਾ, ਇਹ ਤਾਂ ਟੋਟਲੀ ਵਿਤਕਰ ਹੈ। ਤੇ ਕਈ ਜਿਹੜੇ ਪੇਪਰ ਸੀਗੇ ਉਹਨਾਂ ਦੇ ਉੱਪਰ ਮੈਡਲ ਵੀ ਪਿਆ ਇਸ ਐਕਟ ਦੇ ਤਹਿਤ, ਜਿਵੇਂ ਕਿ ਸੋਮ ਪ੍ਰਕਾਸ਼, ਭਾਰਤ ਵਿਜੀਤ, ਡਾਕਾ ਪ੍ਰਕਾਸ਼, ਸਮਾਚਾਰ, ਬੜੇ ਹੀ ਮਸ਼ਹੂਰ ਅਖਬਾਰ ਸੀਗੇ। ਅੱਛਾ, ਹੁਣ ਤੁਹਾਨੂੰ ਲੱਗਦਾ ਹੈ ਵੀ ਜਿਹੜੇ ਇਹ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਵਿਦਿਆ ਪੜ੍ਹਾਈ ਦਾਨ ਕੀਤੀ ਸੀ, ਐਜੂਕੇਸ਼ਨ ਦਿੱਤੀ ਸੀ, ਇਹ ਵੀ ਇਹਨਾਂ ਦੀ ਜੜ੍ਹਾਂ 'ਚ ਬੈਠ ਸਕਦੀ ਹੈ? ਹਾਂਜੀ, ਬਹਿਗੀ। ਕਈ ਪੜ੍ਹੇ ਲਿਖੇ ਭਾਰਤੀ ਸੀਗੇ, ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਅੰਗਰੇਜ਼ ਸਰਕਾਰ ਨੂੰ, ਝਕਾਨੀ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ। ਕਿਵੇਂ? ਹੁਣ ਅੰਗਰੇਜ਼ਾਂ ਨੂੰ ਪਹਿਲਾਂ ਤਾਂ ਇਹ ਨਹੀਂ ਪਤਾ ਸੀਗਾ ਵੀ ਇਹ ਪੜ੍ਹੇ ਲਿਖੇ ਬੰਦੇ ਜੇ ਹਿੰਦੀ ਆਪਦੀ ਲੋਕਲ ਭਾਸ਼ਾ ਵਿੱਚ ਅਖਬਾਰ ਛਾਪ ਸਕਦੇ ਨੇ, ਤਾਂ ਇਹਨਾਂ 'ਚ ਕਈ ਪੜ੍ਹੇ ਲਿਖੇ ਵੀ ਨੇ, ਉਹ ਪੇਪਰ ਦੀ ਲੈਂਗੁਏਜ ਵੀ ਬਦਲ ਸਕਦੇ ਨੇ, ਆਪਦੇ ਉਹੀ ਅਖਬਾਰ ਨੂੰ ਅੰਗਰੇਜ਼ੀ 'ਚ ਵੀ ਛਾਪ ਸਕਦੇ ਨੇ, ਤੇ ਜੇ ਅੰਗਰੇਜ਼ੀ 'ਚ ਉਹ ਬੰਦੇ ਉਸ ਪੇਪਰ ਨੂੰ ਛਾਪ ਦੇਣ ਤਾਂ ਉਹ ਤਾਂ ਇਸ ਐਕਟ ਦੇ ਦਾਇਰੇ ਤੋਂ ਬਾਅਦ ਆਉਂਦਾ। ਤੇ ਇਹ ਐਗਜ਼ਾਮਪਲ ਇੱਕ ਹੋਈ ਵੀ ਸੀ। ਸਿਸ਼ਿਰ ਕੁਮਾਰ ਘੋਸ਼ ਬਹੁਤ ਹੀ ਮਸ਼ਹੂਰ ਫਰੀਡਮ ਫਾਈਟਰ ਸੀਗੇ, ਇਹਨਾਂ ਨੇ ਇੱਕ ਬੰਗਾਲੀ ਪੇਪਰ ਸ਼ੁਰੂ ਕੀਤਾ ਸੀ, ਉਹਦਾ ਨਾਮ ਸੀਗਾ ਅੰਮ੍ਰਿਤ ਬਾਜ਼ਾਰ ਪੱਤਰਿਕਾ। ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਵਰਨੈਕੂਲਰ ਪ੍ਰੈਸ ਐਕਟ ਲਾਗੂ ਹੋਗਾ, ਰਾਤੋਂ ਰਾਤ ਇਹਨਾਂ ਨੇ ਪੇਪਰ ਅੰਗਰੇਜ਼ੀ 'ਚ ਕਰਤਾ। ਸੋ ਬੰਗਾਲੀ ਤੇ ਇੰਗਲਿਸ਼ ਦੋਵੇਂ ਭਾਸ਼ਾਵਾਂ ਦੇ ਵਿੱਚ ਡੇਲੀ ਇਹ ਅਖਬਾਰ ਹੁੰਦਾ ਸੀਗਾ। ਚੱਕਰ ਪੈ ਗਿਆ ਅੰਗਰੇਜ਼ਾਂ ਨੂੰ, ਉਹ ਕਹਿੰਦੇ ਸਾਨੂੰ ਤਾਂ ਠਿੱਬੀ ਲਾ ਗਏ ਬਹੁਤ ਵੱਡੀ ਇਹ। ਫਿਰ ਲਿਟਨ ਸਾਹਿਬ ਕਹਿੰਦੇ ਕਾਕੇ ਸਿਸ਼ਿਰ ਕੁਮਾਰ ਘੋਸ਼ ਨੂੰ, ਕਹਿੰਦੇ ਬੇਟੇ ਇਹ ਜਿਹੜੇ ਸਾਡੇ ਚਿੱਟੇ ਵਾਲ ਆ ਇਹਦੇ ਧੁੱਪੇ ਬੈਠਣ ਨਾਲ ਨਹੀਂ ਆਏ ਹੈਗੇ, ਇਹ ਪੁੱਤੋਂ ਸਾਡੇ ਨਾਲ ਜਿਹੜੀ ਚਲਾਕੀਆਂ ਕਰਦਾ, ਇਹ ਸਾਡੇ ਜਿਹੜੀ ਤੂੰ ਗੱਲਾਂ ਹੁਣ ਕਰਦਾ, ਇਹ ਸਾਡੇ ਨੋਹਾਂ ਜਣੇ। ਸੋ ਲਿਟਨ ਸਾਹਿਬ ਨੇ ਫਿਰ ਕੀ ਕੀਤਾ, ਇਹ ਜਿਹੜਾ ਪ੍ਰੀ ਸੈਂਸਰਸ਼ਿਪ ਕਲੋਜ਼ ਸੀਗਾ ਇਹਨੂੰ ਰੀਪੀਲ ਕਰਤਾ, ਤੇ ਇਹ ਕਹਿਤਾ ਪ੍ਰੈਸ ਕਮਿਸ਼ਨਰ ਇੱਕ ਅਪੁਆਇੰਟ ਕਰਤਾ, ਤੇ ਉਹਨੂੰ ਇਹ ਕਿਹਾ ਵੀ ਸਿਰਫ ਉਹੀ ਚੀਜ਼ ਅਖਬਾਰ 'ਚ ਛਪੂਗੀ ਜਿਹੜੀ ਕਿ ਐਕੂਰੇਟ ਤੇ ਓਥੈਂਟਿਕ ਹੋਊਗੀ, ਠੀਕ ਹੈ। ਸੋ ਸਿਸ਼ਿਰ ਕੁਮਾਰ ਘੋਸ਼ ਹੋਰਾਂ ਦੇ ਉੱਪਰ ਵੀ ਮੈਡਲ ਪੈ ਗਿਆ ਸੀਗਾ। ਤੇ ਫਾਈਨਲੀ ਫਿਰ ਓਪੋਜੀਸ਼ਨ ਬਹੁਤ ਹੋਈ ਇਸ ਐਕਟ ਦੀ, ਤਾਂ ਕਰਕੇ ਰਿਪਨ ਸਾਹਿਬ ਦੁਆਰਾ ਇਸ ਐਕਟ ਨੂੰ ਰੀਪੀਲ ਕਰਨਾ ਪੈ ਗਿਆ। ਅੱਛਾ, ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਇਨ ਦਾ ਮੇਨ ਟਾਈਮ, ਬਾਕੀ ਜਿਹੜੇ ਐਕਟ ਨੇ ਉਹਨਾਂ ਬਾਰੇ ਪੜ੍ਹਨ ਤੋਂ ਪਹਿਲਾਂ ਆਪਾਂ ਕੁਝ ਕੁ ਹੋਰ ਡਿਵੈਲਪਮੈਂਟਸ ਬਾਰੇ ਪੜ੍ਹਦੇ ਹਾਂ ਜਿਹੜੇ ਕਿ ਇਹਨਾਂ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਹੋਈਆਂ। 1883 ਦੇ ਵਿੱਚ
सुरेंद्र नाथ बैनर्जी पहले इंडियन पत्रकार बने सीगे जिन्हां नूं जेल हुई। ठीक है, ये बंदे नूं पछाणदे हो सुरेंद्र नाथ बैनर्जी कौन ने? यह उही बंदा है जिन्हें सिविल सर्विस का पेपर क्लीयर किया सीगा, ते इहदी पहला उम्र नूं लैके रौला पै गया सी, बाद च दोबारा पेपर इन्हें कढ़िया, फिर यह लग्या भी जज, ते फिर इहनूं रेसिजम दे करके बरखास्त किया गया। फिर मैं थोनूं पढ़ाया सीगा जदों सिविल सर्विस वाले चैप्टर दे विच भी इह फ्रीडम फाइटर बने सी, अगे फिर पत्रकारी च पै गए सीगे, इन्हां ने इंडियन नैशनल एसोसीएशन की भी स्थापना की सी। इह उही सुरेंद्र नाथ बैनर्जी ने पहले पत्रकार बने जिन्हां नूं मैडल पिया सीगा, इन्हां दे उपर इन्हां नूं जेल हो गई सी। कद तों जज सीगा कलकत्ता हाई कोर्ट का, उन्हें काफ़ी क्रिटिसाइज किया सीगा, इन्हें अखबार के एक एडिटोरियल छापा सीगा, क्योंकि वह जज लोगों के रिलीजियस सेंटीमेंट से जो बंगाली लोग सके अपनी जजमेंट के उन्हें लोगों के रिलीजियस सेंटीमेंट्स के बारे काफ़ी पुट्ठा सीधा बोलिया सी, ता करके उन्होंने क्रिटिसाइज किया सीगा सुरेंद्र नाथ बैनर्जी ने, ता करके इन्हों जेल हो गई। तो पहले यह इंडियन जर्नलिस्ट थे जिन्होंने जेल हुई, पेपर च पूछा जाना सीधा फैक्चुअल क्वेश्चन। बाल गंगाधर तिलक साहब की गल करते हैं, इन्हों का तो बारे देखो बच्चा बच्चा इन्हों जानता, तिलक साहब तो जान ही इस करके जाते हैं फ्रीडम ऑफ प्रेस को बचाने लिए, उन्होंने बहुत कुछ किया बाल गंगाधर तिलक साहब ने। गर्म दली होंगे सके, कब्बे सुभा देंगे सके, एक्सट्रीमिस्ट धड़े को यह बिलोंग करते सके, एक तो होंगे सके गांधी होरी मॉडरेट सके, एक होंगे सके एक्सट्रीमिस्ट गर्म दलीए, उन्होंने होंगे सके लाल बाल पाल, लाल बहादुर शास्त्री, ला पता नहीं कहना ला बाल बाल गंगाधर तिलक पाल बिपिन चंद्र पाल, लाल कि होंगे सगा तुम मैं दसो, मेरे दिमाग च नाम नहीं आ रहा लाल कौन होंगे सगा। तिलक साहब सके अपना, इन्होंने फिर की किया प्रेस में अपना की जोड़ा फ्रीडम ऑफ प्रेस से बचाने के वास्ते बहुत कुछ किया, जोड़े एंटी इंपीरियल सेंटीमेंट से उन्होंने अगेंस्ट लोगों को जागरूक किया भी अंग्रेज की कर रहे हैं, तो इन्होंने जो भी चिट्ठे से वो बाल गंगाधर तिलक साहब ने अपने दो अखबारों के छापने शुरू करते, कि एक तो केसरी से मराठी भाषा के, दूसरा से महारथा ये अंग्रेजी भाषा अखबार छपता से, तिलक साहब के अखबार होंगे सके दोवें। हूँ की होंगे 1897 पुणे के प्लेग हो जाता है, करंट अफेयर के न्यूज़ आया से, मैं तो पढ़ाया भी सगा, चिंता की गल नहीं, आप इस टॉपिक को अगर डिटेल के पढ़ना जो प्लेग के बारे गल आऊगी, आप इतने सिर्फ अपने टॉपिक के कंसर्न गल कर रहे हैं। यू छपाणिया काल भी होया सीगा कह जांदा सी, ते मैं तुहानू पढ़ाया होया सीगा भी जिहड़ा छपाणिया काल सी कोई खास काल नहीं सीगा, जिहड़े बहुत ही मतलब सवीर फेमाइन वगैरह आए सीगे उन्हां दे मुकाबले तां कुछ भी नहीं सीगा, बट फिर भी इन्ना ज्यादा मशहूर क्यों होया छपाणिया काल? क्योंकि उहनूं मीडिया ने प्रेस ने मशहूर किया सीगा, तां करके मशहूर सी। अच्छा 1897 विच पुणे दे विच प्लेग हो गया सीगा, हुण होया कि कमीशन बिठाता अंग्रेज सरकार ने डबल्यू सी रैंड साहब की चेयरमैनशिप के अंडर भी, देखो घर घर जाके चैक करो बीमारी का की लैवल है, ये की करते सके घरे घरे जाके हरास बहुत करते सके लोगों, तो इस चीज़ के खिलाफ तिलक साहब ने अखबार के चीज़ा छापने शुरू कर दी। तो इन्होंने आर्टिकल पढ़ के दो मुंडे से, ठीक है, नवी उम्र के सके, खून उबल उबल गया इन्हों का, तो बस उन्होंने की कराया रैंड साहब का उन्होंने कतल करता, तो की होया बस इतों फिर इन्हों की होया ये मैं थोड़ा फिर मतलब मेरे इस टाइम दिमाग च नहीं आ रहा भी रैंड साहब मारे से जो इन्हों का कोई चेला मरे से, चलो आप अगे टॉपिक के डिस्कस करा। सो कॉन्सपीरेसी खड़ी हो गई, इन कहा गया सीगा पुणे कॉन्सपीरेसी, गल है जी 1897 की, तो जोड़े बंद ने मारा सगा उन्होंने नाम से चापेकर ब्रदर्स, ठीक है, तो सॉरी डबल्यू सी रैंड ही मरे से, इन्हों मारा सगा चापेकर ब्रदर्स ने, इन बारे आप अगर डिस्कस करा, ये भी फ्रीडम फाइटर से। फिर विक्टिम किनू ठहराया गया? विक्टिम ठहराया गया जी बाल गंगाधर तिलक साहब नू, वो कहने भी मुंडे इन्हों मार दी ना जे तिलक साहब वो अखबारों के साडे खिलाफ भड़काऊ गलां ना लिखते। सो तिलक साहब के उपर मैडल पै गया, तो अंग्रेज़ उन्होंने अरैसट करके लै गए, तो पब्लिक वास्ते एक एग्जाम्पल सैट करके तिलक साहब नू 18 महीने की यानी कि 1.5 साल की सख्त तो सख्त सज़ा दी गई। तो तिलक साहब की फिर की होया, तिलक साहब नैशनल हीरो बन गए, तिलक साहब नू जेल हो गई, लोग कहने साडे वास्ते बंदा खड़िया नैशनल हीरो बन गया रातों रात, तिलक साहब तो कहते लै नज़ारा आ गया, इन्हों टाइटल भी दिता गया लोग मानिया यानी कि रिस्पैक्टिड एंड ऑनर बाय द पीपल, नवे लीडर बन के उभरे तिलक साहब। 1898 फिर की होंगे गा तिलक साहब का, ठीक है हाले हो गया, तो आप अगे पढ़ते हैं। 1898 सरकार ने फिर जरा इंडियन पीनल कोड का सैक्शन 124 सडिशन ला उन्होंने अमेंड करता, सैक्शन 153 भी अमेंड किया, तो यह कहता भी हूँ तो जिहड़ा भी सरकार के अगेंस्ट हेटड करेगा वह तो चीज़ हैगी है, ये तो अलावा सरकार के जो कोई दिशा निर्देश की भी उलंघना करता यानी कि कंटेंप्ट ऑफ गवर्नमेंट ऑफ इंडिया करता है तो उसके उपर भी मैडल पेगा सैक्शन 124A के तहत। तो ये काफ़ी वाइड स्प्रैड प्रोटेस्ट हुए अपने भारत के,
उस तो बाद देखो 1900 तो बाद अपने भारत जो मिलीटेंट नैशनलिज्म वो बहुत ज्यादा बढ़ चुका है। लोग हूँ अंग्रेजों के सरेआम कतल कर लग गए थे। अपने कई ऐसे फ्रीडम फाइटर होए भी सके जिन्होंने सीधी टक्कर दी अंग्रेजा हूँ। अंग्रेज पहला तो नैशनलिस्टा तो दुखी सके भी ये लोग साढ़े खिलाफ आम पब्लिक को भड़का रहे हैं। हूँ नैशनलिस्टा के जो एक्सट्रीमिस्ट से उस तो अलावा तुम कह लो जोड़े मिलीटेंट नैशनलिस्ट से उन्होंने भाई बहुत ज्यादा तंग किया अंग्रेजा, ठीक है, इन्होंने पूरा इन्हों गधी गिड़ पा के रखे। तो फिर इन द मेन टाइम इन सारिया चीज़ों देखते हुए अंग्रेजा ने इस तो बाद की किया बहुत ही ज्यादा यह रिप्रैसिव लॉज लेंदे प्रेस में रोकन के लिए। तो सब तो पहला करजन साहब ने लिया ऑफिशियल सीक्रेट एक्ट 1904। लॉर्ड करजन साहब का यह एक्ट से प्रेस की आजादी रिस्ट्रिक्ट करने के लिए। सो जो नैशनलिस्ट पब्लीकेशन से उन्होंने आवाज़ को दबाया जाए वो वास्ते यह एक्ट लिया। 1923 के करजन साहब का जो यह एक्ट से उन्होंने चेंज किया गया नवा वर्जन लिया गया इस एक्ट का, उन्होंने कहा गया ऑफिशियल सीक्रेट एक्ट 1923। ये एक्ट कवर की करता सीगा सरकार दे विच जे कोई भी कॉन्फिडेंशियल गल है कोई भी सरकार का सीक्रेट है वह उत्थे ही रहेगा, जो उतो बाहर किसी ने लीक करता तो वो उपर मैडल पेगा। यह कहना सीगा ऑफिशियल सीक्रेट एक्ट 1923 बहुत न्यूज सीगा अज तो 5-6 महीने पहला यह ऑफिशियल सीक्रेट एक्ट। क्यों? क्योंकि की होया सी जे तुसीं थोनू याद होगा रफायल डील नू लैके रौला पिया सीगा ते होया कि सरकार कोल जिहड़े इंपोर्टेंट डॉक्यूमेंट सीगे उस रफायल डील दे वो सरकार कहती साढ़े चोरी कर ले किसी ने ते ओह होया कि अगले दिन ही वो सारे डॉक्यूमेंट दा डाटा सी द हिंदू बहुत मशहूर अखबार से इस अखबार दे विच छापे गए। बहुत ही इंपोर्टेंट डाटा सीगा सीक्रेट डाटा सीगा इस अखबार दे विच छापे गया। हुण आपां नूं तां इह लग रिहा वी तां भाई फ्रीडम ऑफ प्रेस हैगी लोकां नूं पता लगे भी की चिट्ठे ने कि सरकार दे इन्हां ने छापता, बट जिहड़े अटॉर्नी जनरल सीगे सरकार दे के वेणुगोपाल साहब उन्होंने यह कहा भी भाई ये अखबार ने अपनी प्रेस की आजादी की दुरवरतों की है, सरकार के जिहड़े सीक्रेट्स ने गे उन्होंने इन्होंने अखबार च छापिया जो कि ऑफिशियल सीक्रेट एक्ट की उलंघना है तो इस अखबार के उपर मैडल पाए जाए। सो इस एक्ट बारे हुण आपां इह गल पढ़दे हां भी सजा सुजा की है। सो यह एक्ट बेसिकली सीक्रेसी लॉ डील कितना करता है, यह स्पाइंग या एस्पायरेज डील करता है यानी कि जसूसी दे नाल डील करता है। कोई भी बंदा, ठीक है, ये चीज़ा जो चोरी कर ले फॉर एग्जाम्पल सरकार का कोई भी ऑफिशियल कोड पासपोर्ट स्कैच प्लैन मॉडल आर्टिकल नोट डॉक्यूमेंट कोई जरूरी हो गया इनफॉर्मेशन सरकार की कोई भी यह जी सीक्रेट इनफॉर्मेशन चोरी करके अगे छाप दिता है तो वो उपर मैडल पेगा ही पेगा तो यह एक पनिशेबल ऑफेंस हैगा। तो कला इनफॉर्मेशन चोरी करने वाला नहीं जिन्होंने इनफॉर्मेशन दूगा तो इनफॉर्मेशन जो छापूगा वो उपर भी मैडल पेगा इस एक्ट के तहत। हूँ आप अपने टॉपिक वाल दोबारा वापस होने फिर आ गए जी 1908 के न्यूज़पेपर इनसाइटमेंट टू ऑफेंसिज एक्ट। 1908 होया सी एक होर कॉन्सपीरेंसी हो गई सी अलीपुर कॉन्सपीरेंसी तो हूँ अंग्रेजा सरेआम बंब सिटने शुरू करते अपने जोड़े नैशनलिस्ट से, ठीक है, आजादी के जो अपने फ्रीडम फाइटर से इन्हों भजाने के खातर तो इतों फिर प्रेस के थ्रू यह भड़कते थे इन्हों प्रेस में फिर चंकी तरह नत्थ पाने वास्ते एक एक्ट होर लिया 1908 नाम से न्यूज़पेपर इनसाइटमेंट टू ऑफेंस एक्ट। मकसद इस एक्ट में होंगे यह भी जो एक्सट्रीमिस्ट नैशनलिस्ट एक्टिविटी है लाल बाल पाल गर्म दे लई हो रही इन्हों दबाया जाए। लॉर्ड मिंटो साहब जिहड़े कि मिंटो मॉरल रिफॉर्म जिदे करके जाने जाता है उन्होंने यह एक्ट लिया एक्ट किनू पावर दिता है, यह एक्ट पावर दिता है मैजिस्ट्रेट नूं भी वह प्रेस की प्रॉपर्टी है जिहड़ी उन्हों सीज कर सकता उन्हों खो सकता है जे वह प्रेस कोई भी ऑब्जेक्शनेबल मटीरियल पबलिश करता है जिदे करके लोगों के वायलेंस क्रिएट होता है सरकार के खिलाफ। सो तिलक साहब के उपर फिर मैडल पै गया, तिलक साहब न फिर चार्जिस लाए गए इस एक्ट के भी बहुत इन्होंने गलत मत छापेगा ये इन्होंने कहा अंग्रेजा ने तो तिलक साहब न मांडले भेज दिता गया 6 सालों के लिए बर्मा की जेल के भेज दिता गया। सो अगे गल करता 1910 के होर एक्ट आ गया इंडियन प्रेस एक्ट 1910। इस एक्ट ने बेसिकली वर्नैकुलर प्रेस एक्ट जो कि रीपील हो चुका है उसका सब तो जो वर्स्ट फीचर से उन्होंने दोबारा लिया। लोकल गवर्नमेंट ने पावर दे दी भी वह सिक्योरिटी डिमांड कर सकते हैं किसी भी पबलिशर तो जो वह गलत मलत छापता है वो सिक्योरिटी हुई जा सकती हैगी। तो इस तो बाद उन्हें अपने जो भी कुछ छापिया वो 2 कॉपीज उन्होंने लोकल गवर्नमेंट को देनिया पैनगियां सबमिट करनिया पैनगियां जिदे करके जिदे उपर चंकी तरह चैक हो सकी। फिर की होया 1921 कमेटी बैठी प्रेस कमेटी बैठी इस कमेटी को चेयर किया तेज बहादुर सपरू जी ने। तुम मैं दस सकते हो तेज बहादुर सपरू जी का आजादी की रोल रहा है कोई एक अद्धी खास गल इन्हां दे नाल जुड़ी हो मैं तुम दस सकते हो। वैसे तो मैं थोड़ा पढ़ाऊंगा जो अगे तेज बहादुर सपरू साहब का टाइम आऊगा
ਤੁਸੀਂ ਦੱਸ ਸਕਦੇ ਹੋ ਤੁਹਾਨੂੰ ਪਤਾ। ਸੋ ਤੇਜ ਬਹਾਦਰ ਸਪਰੂ ਸਾਹਿਬ ਨੇ ਰਿਕਮੈਂਡੇਸ਼ਨ ਦਿੱਤੀ ਤੇ ਫਿਰ ਕੀ ਹੋਇਆ, ਸਰਕਾਰ ਮਜਬੂਰ ਹੋ ਗਈ ਤੇ ਇਹ ਜਿਹੜੇ ਦੋ ਐਕਟ ਆਪਾਂ ਪਿੱਛੇ ਪੜ੍ਹੇ ਨੇ 1908 ਤੇ 1910 ਵਾਲਾ, ਇਹਨਾਂ ਨੂੰ ਰੀਪੀਲ ਕਰ ਦਿੱਤਾ ਗਿਆ। ਤੇ ਲਾਸਟ ਐਕਟ ਹੈ ਜੀ ਇੰਡੀਅਨ ਪ੍ਰੈਸ ਐਮਰਜੈਂਸੀ ਪਾਵਰ ਐਕਟ 1931। ਇਹ ਐਕਟ ਬੇਸਿਕਲੀ ਪਾਵਰ ਦਿੰਦਾ ਸੀਗਾ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ, ਸਟੇਟਾਂ ਦੇ ਵਿੱਚ ਜਿਹੜੇ ਸਰਕਾਰਾਂ ਹੁੰਦੇ ਸੀ, ਤਾਂ ਕਿ ਜਿਹੜੀ ਸਿਵਲ ਡਿਸਓਬੀਡੀਅੰਸ ਮੂਵਮੈਂਟ ਹੈ ਉਹਨੂੰ ਸਪਰੈਸ ਕੀਤਾ ਜਾ ਸਕੇ, ਜੋ ਕਿ 1930 ਚ ਸ਼ੁਰੂ ਹੋਈ ਸੀ। ਇਹਨੂੰ ਲਿਆਂਦਾ ਗਿਆ ਸੀਗਾ ਲਾਰਡ ਵੈਲਿੰਗਟਨ ਸਾਹਿਬ ਦੁਆਰਾ, ਜੋ ਕਿ ਉਸ ਵੇਲੇ ਭਾਰਤ ਦੇ ਵਾਇਸ ਰਾਏ ਹੁੰਦੇ ਸੀ। ਤੇ ਜਾਂਦੇ ਜਾਂਦੇ ਆ ਕੁਝ ਕੁ ਨਿਊਜ਼ ਪੇਪਰ ਨੇਗੇ, PDF ਦੇ ਵਿੱਚ ਪੜ੍ਹ ਲਿਓ, ਨੋਟ ਕਰਨੇ ਨੋਟ ਕਰ ਲਿਓ। ਫੈਕਚੁਅਲ ਕੁਐਸਚਨ ਇੱਥੋਂ ਪੁੱਛੇ ਜਾਂਦੇ ਨੇ ਵੀ ਕਿਹੜਾ ਅਖਬਾਰ ਸੀਗਾ, ਕਿ ਇਹ ਕਿਹੜਾ ਫਾਊਂਡਰ ਸੀਗਾ ਉਸ ਅਖਬਾਰ ਦਾ, ਤੇ ਕਿਹੜੀ ਲੈਂਗੁਏਜ ਦੇ ਵਿੱਚ ਸੀਗਾ, ਤੁਹਾਨੂੰ ਸਾਰਾ ਕੁਝ ਮਿਲ ਜੂਗਾ ਇਸ ਆਪਣਾ ਇਹ ਸਲਾਈਡ ਦੇ ਵਿੱਚੋਂ। PDF ਦੇ ਵਿੱਚ ਸਾਰੇ ਇਹ ਅਖਬਾਰ ਮੈਂ ਤੁਹਾਡੇ ਲਈ ਐਡ ਕੀਤੇ ਨੇਗੇ, ਇਹਨਾਂ ਨੂੰ ਆਪਣਾ ਤੁਸੀਂ ਪੜ੍ਹ ਲਓ। ਇੱਕ ਆਹ ਸਲਾਈਡ ਦੇ ਵਿੱਚ ਸਾਰੇ ਅਖਬਾਰ ਲਿਖੇ ਨੇ, ਸਾਰੇ ਜਰਨਲ ਲਿਖੇ ਨੇ ਕਿ ਕਿਹੜੀ ਭਾਸ਼ਾ ਉਹਦੇ ਵਿੱਚ ਹੁੰਦੇ ਸੀ ਤੇ ਕਿਹੜੇ ਬੰਦਿਆਂ ਦੁਆਰਾ ਉਹਨਾਂ ਨੂੰ ਫਾਊਂਡ ਕੀਤਾ ਗਿਆ ਸੀ। ਇੱਥੋਂ ਮੈਚ ਦਾ ਟਾਈਪ ਫੋਲੋਇੰਗ ਟਾਈਪ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ, ਬਥੇਰੀ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ, ਧਿਆਨ ਦੇਣਾ, ਇਹਨਾਂ ਨੂੰ ਪੜ੍ਹ ਲਿਓ ਜ਼ਰੂਰ। ਸੋ ਇਹ ਸੀ ਆਪਣਾ ਅੱਜ ਦਾ ਲੈਕਚਰ, ਮਿਲਦੇ ਹਾਂ ਕੱਲ੍ਹ ਦੇ ਲੈਕਚਰ ਦੇ ਵਿੱਚ। ਧੰਨਵਾਦ।